ਹੈਲੋ ਦੋਸਤੋ ਯੂ ਆਲ ਆਰ ਮੋਸਟ ਵੈਲਕਮ ਵਾਂਸ ਅਗੇਨ ਔਨ ਯੂਰ ਓਨ ਚੈਨਲ ਹੋਨਰ ਕਲਾਸ ਪਟਿਆਲਾ ਸੋ ਇਨ ਦਾ ਲਾਸਟ ਲੈਕਚਰ ਵੀ ਹੈਵ ਡਿਸਕਸਡ ਦਾ ਜਕੇਵੀਨ ਰਾਈਟਰਸ ਐਂਡ ਇਨ ਥਿਸ ਲੈਕਚਰ ਵੀ ਆਰ ਗੋਇੰਗ ਟੂ ਸਟਾਰਟ ਅਵਰ ਨੈਕਸਟ ਏਜ ਵਿਚ ਇਜ਼ ਅਗਸਟਨੀਜ਼ ਅਗਸਟਨੀਜ਼ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਹੈਵ 5 ਰਾਈਟਰਸ ਉਹ ਪੰਜ ਰਾਈਟਰਸ ਦੇ ਵਿੱਚ ਸਭ ਤੋਂ ਪਹਿਲਾ ਰਾਈਟਰ ਹੈਗਾ ਜੀ ਜੌਨਾਥਨ ਸਵਿਫਟ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ lettes us start with ਜੌਨਾਥਨ ਸਵਿਫਟ ਸਵਿਫਟ ਹੈਗੇ ਆ ਜੀ ਅਗਸਟ 18 ਦੇ ਰਾਈਟਰ ਆ ਦੋਸਤੋ 1667 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਉਸ ਤੋਂ ਬਾਅਦ 1745 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਆ ਆਪਾਂ ਬੜਾ ਇੱਕ ਕੁਇਕ ਵੇ ਨਾਲ ਕਰਾਂਗੇ ਕਿਉਂਕਿ ਲੈਂਦੀ ਹੈਗੇ ਆ ਸਾਰੇ ਰਾਈਟਰ ਐਂਗਲੋ ਇਰਿਸ਼ ਆਥਰ ਦੇਖੋ ਐਂਗਲੋ ਇਰਿਸ਼ ਆਥਰ ਸੀਗੇ ਗਨਾਥਨ ਸਵਿਫਟ ਜਿਹੜੇ ਰਾਈਟਰ ਹੈਗੇ ਆ ਉਹ ਡਬਲਿਨ ਆਇਰਲੈਂਡ ਤੋਂ ਹੈਗੇ ਆ ਦੋਸਤੋ ਉੱਥੇ ਜਨਮ ਹੁੰਦਾ ਆਥਰ ਹੈਗੇ ਆ ਐਂਗਲੋ ਅਮਰੀ ਸ਼ੌਥਰ ਪਲਰਜੀਮਨ ਸਟਾਇਰਸ ਸਟਾਇਰ ਲਿਖਦੇ ਸੀ ਇਹ ਜੋਨਾਥਨ ਸਵਿਫਟ ਬੋਰਨ ਇਨ ਡਬਲਿਨ ਡਬਲਿਨ ਦੇ ਵਿੱਚ ਜਨਮ ਹੁੰਦਾ 30th ਆਫ ਨਵੰਬਰ 1667 1667 ਜਦੋਂ ਵੀ ਕੋਈ ਡੇਟ ਆਉਂਦੀ ਆ ਤਾਂ ਰਿਕਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਕੀ ਲਿਖਿਆ ਗਿਆ ਸੀ ਉਦੋਂ ਸਿੱਧਾ ਸਿੱਧਾ ਕਿ 1667 ਦੇ ਵਿੱਚ ਮਿਲਟਨ ਦਾ ਪੈਰਾਡਾਈਜ਼ ਲੌਸਟ ਪਬਲਿਸ਼ ਹੁੰਦਾ ਵੈਸੇ ਗੱਲ ਕਰ ਲਈ ਆਪਾਂ ਚੱਲਦੇ ਲੈਕਚਰ 'ਚ ਨਿਕਨੇਮ ਕੀ ਸੀ ਸਵਿਫਟ ਸਾਹਿਬ ਦਾ ਡੀਨ ਸਵਿਫਟ ਡੀਨ ਸਵਿਫਟ ਹੈ ਨਾ ਡੀਨ ਕਿਉਂ ਉਹਨਾਂ ਦਾ ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਡੀਨ ਹੁੰਦੇ ਆ ਤਾਂ ਉੱਥੇ ਕੀ ਆ ਕੈਥੈਡਰਲ ਸੇਂਟ ਪੀਟਰਿਕ ਕੈਥੈਡਰਲ ਦੇ ਵਿੱਚ ਡੀਨ ਸੀਗੇ ਕੌਣ ਸਵਿਫਟ ਸਾਹਿਬ ਇਸੇ ਕਰਕੇ ਇਹਨੂੰ ਡੀਨ ਸਵਿਫਟ ਵੀ ਕਿਹਾ ਜਾਂਦਾ ਸੀ ਹਾਂ ਬਹੁਤ ਹੀ ਇਨਫਲੂਐਂਸ਼ੀਅਲ ਇੱਕ ਪਰਸਨੈਲਿਟੀ ਸੀਗੇ ਪੋਲੀਟੀਕਲੀ ਵੀ ਇਹਨਾਂ ਦਾ ਬੜਾ ਪ੍ਰੈਸ਼ਰ ਸੀ ਇਸ ਕਰਕੇ ਐਮਪੀ ਵੀ ਬਣਦੇ ਆ ਬਾਅਦ ਵਿੱਚ ਜਾ ਕੇ ਦੇਖਾਂਗੇ ਪੈਨ ਨੇਮ ਕੀ ਸੀ ਇਹਨਾਂ ਦਾ ਇਸਾਟ ਬਿਕਸਟਾਫ ਐਮ ਵੀ ਡ੍ਰੈਪੀਅਰ ਵੀ ਇਹਨਾਂ ਨੂੰ ਕਹਿੰਦੇ ਸੀ ਲੈਮੂਅਲ ਗੁਲੀਵਰ ਸਾਈਮਨ ਬੈਕਸਟਾਫ ਇਹ ਇਹਨਾਂ ਦੇ ਨਿਕਨੇਮ ਸੀਗੇ ਨਿਕਨੇਮ ਕਹੋ ਜਾਂ ਪੈਨ ਨੇਮ ਕਹੋ ਹਨਾ ਹੀ ਵਾਸ ਮਾਸਟਰ ਆਫ ਟੂ ਸਟਾਈਲਸ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਹੈਗੇ ਆ ਸਟਾਇਰ ਲਿਖਦੇ ਆ ਲੋਕੀ ਤਾਂ ਦੋ ਸਟਾਈਲ ਜਿਹੜੇ ਮੇਨ ਹੈਗੇ ਆ ਉਹਦੇ ਇਹ ਮਾਸਟਰ ਸੀ ਕਿਹੜੇ-ਕਿਹੜੇ ਇੱਕ ਤਾਂ ਹਰਾਸ਼ੀਅਨ ਸਟਾਈਲ ਐਂਡ ਸੈਕੰਡ ਵਨ ਇਜ਼ ਜ਼ੋਵੇਨਾ ਲੀਅਨ ਸਟਾਈਲ ਤਾਂ ਇਹ ਜਿਹੜਾ ਸਟਾਇਰ ਦੇ ਦੋ ਸਟਾਈਲ ਹੈਗੇ ਆ ਇਹ ਆਪਾਂ ਪੜਾਂਗੇ ਜਦੋਂ ਲਿਟਰਰੀ টারਮਸ ਨੂੰ ਪੜਾਂਗੇ ਸਵਿਫਟਸ ਫਾਦਰ ਡਾਈਡ ਅ ਫਿਊ ਮੰਥਸ ਬਿਫੋਰ ਹੀ ਵਾਸ ਬੌਰਨ ਜਦੋਂ ਉਹਨਾਂ ਦਾ ਜਨਮ ਹੁੰਦਾ ਤਾਂ ਉਹਨਾਂ ਦੇ ਫਾਦਰ ਕੁਝ ਮਹੀਨੇ ਆਈ ਥਿੰਕ 6 ਤੋਂ 8 ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਹਨਾਂ ਦੇ ਜਨਮ ਤੋਂ ਐਂਡ ਮਦਰ ਐਵੀਗੇਲ ਉਹਨਾਂ ਦਾ ਨਾਮ ਸੀ ਐਬੀਗੇਲ ਰਿਟਰਨਡ ਟੂ ਇੰਗਲੈਂਡ ਲੀਵਿੰਗ ਹਰ ਸਨ ਬਿਹਾਈਂਡ ਆਪਣੇ ਬੇਟੇ ਸਵਿਫਟ ਨੂੰ ਛੱਡ ਕੇ ਇੰਗਲੈਂਡ ਆ ਜਾਂਦੇ ਆ ਇਨ ਦਾ ਕੇਅਰ ਆਫ ਰੈਲੇਟਿਵਸ ਹੈਨਾ ਸੋ ਹਿਸ ਐਜੂਕੇਸ਼ਨ ਸਵਿਫਟ ਸਾਡੀ ਪੇਡ ਬਾਏ ਹਿਸ ਅੰਕਲ ਗੋਡਵਿਨ ਵੈਰੀ ਇੰਪੋਰਟੈਂਟ ਫਿਗਰ ਯਾਦ ਰੱਖਿਓ ਗੋਡਵਿਨ ਹੈਨਾ ਇਹਨਾਂ ਦਾ ਨਾਮ ਅੱਗੇ ਆਪਾਂ ਨੂੰ ਕੰਮ ਆਊਗਾ ਤੇ ਉਹਨਾਂ ਨੇ ਇਹਦਾ ਖਰਚਾ ਕੀਤਾ ਹੀ ਸਟੱਡੀਡ ਐਟ ਕਿਲਕੇਨੀ ਗ੍ਰਾਮਰ ਸਕੂਲ ਐਂਡ ਟ੍ਰਿਨਿਟੀ ਕਾਲਜ ਇਨ ਡਬਲਿਨ ਡਬਲਿਨ ਦੇ ਵਿੱਚ ਸਕੂਲਿੰਗ ਇੱਥੋਂ ਹੁੰਦੀ ਹੈ ਤੇ ਟ੍ਰਿਨਿਟੀ ਕਾਲਜ ਤੋਂ ਇਹਨਾਂ ਦੀ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਹੁੰਦੀ ਹੈ ਦੋਸਤੋ ਸਵਿਫਟ ਕੁਡ ਨੋਟ ਪਰਸਿਊ ਹਿਸ ਮਾਸਟਰ ਸੋ ਆਪਣੀ ਮਾਸਟਰ ਡਿਗਰੀ ਨਹੀਂ ਕਰ ਪਾਏ ਕਿਉਂਕਿ ਕਨਫਲਿਕਟ ਉੱਥੇ ਆਇਰਲੈਂਡ ਦਾ ਤੇ ਇੰਗਲੈਂਡ ਦਾ ਕੈਥੋਲਿਕ ਤੇ ਐਂਗਲਿਕਨਿਜ਼ਮ ਨੂੰ ਲੈ ਕੇ ਚੱਲਦਾ ਰਹਿੰਦਾ ਸੀਗਾ ਕੌਜ਼ ਆਫ द ਪੋਲੀਟਿਕਲ ਅਨਰੈਸਟ ਉਹੀ ਵਾਲੀ ਹੈ ਨਾ ਗੱਲ ਆ ਗਈ ਪੋਲੀਟਿਕਲ ਅਨਰੈਸਟ ਹੋ ਗਈ ਸੀ ਦਾ ਗਲੋਰੀਅਸ ਰੈਵਿਊਸ਼ਨ ਆਫ 1688 ਉੱਥੇ ਗਲੋਰੀਅਸ ਰੈਵਿਊਸ਼ਨ ਹੁੰਦੀ ਆ ਤੇ 1688 ਦੇ ਵਿੱਚ ਐਂਡ ਦਾ ਲਾਸ ਆਫ ਫਾਈਨੈਂਸ਼ੀਅਲਸ ਕੋਟ ਆਇਰਲੈਂਡ ਦੇ ਵਿੱਚ ਰਹਿੰਦੇ ਸੀ ਆਪਣੇ ਅੰਕਲ ਗੋਡਵਿਨ ਕੋਟ ਤੇ ਉਹ ਅੰਕਲ ਜਿਹੜੇ ਹੈਗੇ ਉਹਨਾਂ ਕੋਲ ਪੈਸੇ ਘਟ ਜਾਂਦੇ ਆ ਜਿਹੜੇ ਤੇ ਪੋਲੀਟਿਕਲ ਅਨਰੈਸਟ ਕਰਕੇ ਵਿੱਚ ਕੌਜ਼ਡ ਹਿਮ ਟੂ ਟਰੈਵਲ ਟੂ ਇੰਗਲੈਂਡ ਇਹਦੇ ਕਰਕੇ ਉਹਨਾਂ ਨੂੰ ਕਿੱਥੇ ਜਾਣਾ ਪੈਂਦਾ 스ਵਿਫਟ ਸਾਹਿਬ ਨੂੰ ਇੰਗਲੈਂਡ ਜਾਣਾ ਪੈਂਦਾ ਸਟੇ ਵਿਦ ਹਿਸ ਮਦਰ ਇਨ ਲੀਸਸਟਰ ਲੀਸਸਟਰ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਨਾਂ ਦੇ ਮਦਰ ਰਹਿੰਦੇ ਆ ਉਹਨਾਂ ਕੋਲ ਚਲੇ ਜਾਂਦੇ ਆ 스ਵਿਫਟ ਸਾਹਿਬ ਦੈਨ ਕੀ ਹੁੰਦਾ 1689 ਹੀ ਬੀਕਮ ਸੈਕਟਰੀ ਟੂ ਸਰ ਵਿਲੀਅਮ ਟੈਂਪਲ 1689 ਦੇ ਵਿੱਚ ਜਿਹੜੇ 스ਵਿਫਟ ਹੈਗੇ ਆ ਉਹ ਸੈਕਟਰੀ ਲੱਗ ਜਾਂਦੇ ਆ ਕਿਦੇ ਸਰ ਵਿਲੀਅਮ ਟੈਂਪਲ ਦੇ ਠੀਕ ਹੈ ਜੀ ਆ ਡਿਪਲੋਮੈਟ ਐਂਡ ਮੈਨ ਆਫ ਲੈਟਰਸ ਐਟ ਮੂਰ ਪਾਰਕ ਇਨ ਸਰੀ ਇਦਾਂ ਦਾ ਕੁਐਸਚਨ ਬਣ ਸਕਦਾ ਆਜੋ ਅੱਗੇ ਦੋਸਤੋ ਹੀ ਗੇਨਡ ਐਕਸੈਸ ਟੂ ਪੈਟਰਨਸ ਲਾਇਬ੍ਰੇਰੀ ਉਹਦੇ ਜਿਹੜੇ ਪੈਟਰਨ ਹੁੰਦੇ ਵਿਲੀਅਮ ਟੈਂਪਲ ਉਹਨਾਂ ਦੀ ਲਾਇਬ੍ਰੇਰੀ ਚੋਂ ਹੀ ਪੜਦਾ ਉਹ ਸਵਿਫਟ ਐਂਡ ਮੈਟ ਈਸਟਰ ਜான்ਸਨ ਈਸਟਰ ਜான்ਸਨ ਨਾਂ ਦੀ ਇੱਕ ਲੜਕੀ ਹੁੰਦੀ ਉਹਨਾਂ ਨੂੰ ਮਿਲਦੇ ਆ ਉਹ ਕੌਣ ਸੀਗੀ ਦਾ 8 ਇਅਰਸ 올ਡ ਡਾਟਰ 8 ਸਾਲ ਦੀ ਕੁੜੀ ਸੀ ਕਿਦੀ ਆਫ ਟੈਂਪਲਸ ਵਿਡੋਡ ਸਿਸਟਰਸ ਕੰਪੇਨੀਅਨ ਟੈਂਪਲ ਜਿਹੜੇ ਸੀਗੇ ਇਹਨਾਂ ਦੇ ਜਿਨ੍ਹਾਂ ਦੀ ਲਾਇਬ੍ਰੇਰੀ ਤੋਂ ਇਹ ਪੜ੍ਹਦੇ ਸੀ ਸਵਿਫਟ ਸਾਹਿਬ ਉਹਨਾਂ ਦੀ ਜਿਹੜੀ ਸਿਸਟਰ ਸੀ ਹੈ ਨਾ ਟੈਂਪਲਸ ਵਿਡੋਡ ਸਿਸਟਰਸ ਸਿਸਟਰ ਸੀਗੀ ਯਾਨੀ ਕਿ ਵਿਡੋ ਤੇ ਉਹਨਾਂ ਦੀ ਕੰਪੇਨੀਅਨ ਸੀ ਕਸੇਲੀ ਸੀ ਉਹਦੀ ਬੇਟੀ ਸੀ ਹਨਾ ਉਹਨਾਂ ਨੂੰ ਮਿਲਦੇ ਆ ਹੂ ਲੇਟਰ ਅਪੀਅਰਡ ਇਨ ਹਿਸ ਪੋਇਟਰੀ ਜਿਹੜੀ ਉਹੀ ਈਸਟਰ ਜான்ਸਨ ਇਹਨਾਂ ਦੀ ਪੋਇਟਰੀ ਸਵਿਫਟ ਦੀ ਪੋਇਟਰੀ ਚ ਬਾਅਦ ਚ ਆਉਂਦੀ ਆ ਐਜ ਸਟੈਲਾ ਸਟੈਲਾ ਨਾਮ ਦਿੱਤਾ ਜਾਂਦਾ ਪੋਇਟਰੀ ਦੇ ਵਿੱਚ ਐਂਡ ਬਿਕੇਮ ਹਿਸ ਲਾਈਫ ਲੌਂਗ ਕੰਪੇਨੀਅਨ ਤੇ ਸਵਿਫਟ ਸਾਹਿਬ ਉਹਨਾਂ ਨਾਲ ਬਾਅਦ ਚ ਵਿਆਹ ਕਰਾ ਲੈਂਦੇ ਆ ਹਨਾ विद हिज पैट्रनस असिस्टेंट अपने पैटर्न टेंपल साहब दी सपोर्ट दे नाल स्विफ्ट रिसीव्ड एन एमए डिग्री उन्हें नु एमए दी डिग्री मिलदी हा फ्रॉम ऑक्सफोर्ड यूनिवर्सिटी क्योंकि गुरु बिना गत नहीं है ना ता ओना दी सपोर्ट दे नाल ओ अच्छी पढ़ाई करदे ते ऑक्सफोर्ड यूनिवर्सिटी तो ओ जेड़े है गया मास्टर्स डिग्री ले लंदे आ आफ्टर टेंपल्स डेथ टेंपल दी डेथ तो बाद की हुंदा जी स्विफ्ट टोकन टास्क ऑफ एडिटिंग एंड पब्लिशिंग इज मेमोयरल्स ਸਵਿਫਟ ਸਾਹਿਬ ਟੈਂਪਲ ਦੇ ਜਿਹੜੀਆਂ ਮੈਮਰੀਜ਼ ਜਾਂ ਉਹਨਾਂ ਦੇ ਸ਼ਾਰਟ ਮਤਲਬ ਮੈਮਰੀ ਦੇ ਵਿੱਚ ਕੁਝ ਇੱਕ ਚੀਜ਼ਾਂ ਲਿਖਦੇ ਆ ਤੇ ਬਾਅਦ ਚ ਕੀ ਹੁੰਦਾ ਆਫਟਰ ਡਿਸਪਿਊਟ ਵਿਦ ਟੈਂਪਲਸ ਫੈਮਿਲੀ ਮੈਂਬਰਸ ਜਦੋਂ ਹੁਣ ਟੈਂਪਲ ਸਾਹਿਬ ਦੀ ਡੈਥ ਹੋ ਗਈ ਤਾਂ ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਕਿਉਂਕਿ ਇਦਾਂ ਦਾ ਨਾਤਾ ਗੁਰੂ ਚੇਲੇ ਵਾਲਾ ਨਹੀਂ ਹਨਾ ਹੁੰਦਾ ਤਾਂ ਹੀ ਲੈਫਟ ਟੈਂਪਲਸ ਹਾਊਸਹੋਲਡ ਅਨੋਂ ਛੱਡ ਦਿੰਦਾ ਐਂਡ ਰਿਟਰਨ ਟੂ ਆਇਰਲੈਂਡ ਤੇ ਆਇਰਲੈਂਡ ਵਾਪਿਸ ਚ ਲੈ ਜਾ ਜਾਂਦਾ ਟੂ ਟੇਕ ਹੋਲੀ ਆਰਡਰਸ ਹਨਾ ਤੇ ਉਸ ਤੋਂ ਬਾਅਦ ਦੇਖੋ ਦੋਸਤੋ ਇਨ 1700 डबलेन। डबलेन दे 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 1700 ਦੇ ਵਿੱਚ ਕੀ ਹੁੰਦਾ 스위프트 ਬੀਕਮ ਚੈਪਲਨ ਟੂ ਲਾਰਡ ਬਾਰਕਲੇ ਐਂਡ ਵਾਸ ਇਨਸਟੀਟਿਊਟਡ ਐਜ਼ ਅ ਬਿਕਰ ਟੂ ਲੈਰਾਕੋਰ ਅਗੇਰ ਐਂਡ ਰਤਵੇਗਨ ਜਸਟ ਆਊਟਸਾਈਡ ਡਬਲਿਨ ਡਬਲਿਨ ਤੋਂ ਬਾਹਰ ਕੀ ਹੈਗਾ ਉਹ ਇਸ ਅਹੁਦੇ ਨੂੰ ਪ੍ਰਾਪਤ ਕਰ ਲੈਂਦੇ ਨੇ ਦੋਸਤੋ ਅੱਗੇ ਦੇਖਦੇ ਹਾਂ ਦੋਸਤੋ 1700 ਦੇ ਵਿੱਚ ਕੀ ਹੁੰਦਾ 스위프트 ਬੀਕਮ ਚੈਪਲਨ ਟੂ ਲਾਰਡ ਬਾਰਕਲੇ ਲਾਰਡ ਬਾਰਕਲੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਚੈਪਲਨ ਲੱਗ ਜਾਂਦੇ ਆ and was instituted as a vicar to leraher agher and rethwegen just outside dublin dublin to bah uh, kam le lende in 1701 he was awarded doctor of divinity unhonu know? doctor of divinity di jehdi hagi hai ghiye, degree de ditti jandi hai uh, from trinity college dublin trinity college dublin to next swift's first political pamphlet karo ji dhyan pher pehla pamphlet keda si political thonu keha ke political banda si ga ha na titled a discourse on the contests and dissensions in athens and rome ਇਹ ਪੇਪਰ ਦੇ ਵਿੱਚ ਆਉਣ ਵਾਲਾ ਸਵਾਲ ਆ ਯਾਦ ਕਰ ਸਕਦੇ ਹੋ ਤੁਸੀਂ ਨੈਕਸਟ ਦੇਖਦੇ ਹਾਂ ਦੋਸਤੋ ਥਿਸ ਵਾਸ ਫਾਲੋਡ ਬਾਈ ਹਿਸ ਸਟਾਇਰੀਕਲ ਵਰਕ ਇਹ ਤੋਂ ਬਾਅਦ ਉਹਨਾਂ ਦਾ ਇੱਕ ਸਟਾਇਰ ਆਉਂਦਾ ਹੈ ਨਾ ਸਟਾਇਰ ਕੀ ਹੁੰਦਾ ਜੀ ਆ ਟੇਲ ਆਫ ਅ ਟੱਬ ਟੇਲ ਆਫ ਅ ਟੱਬ ਬਹੁਤ ਹੀ ਫੇਮਸ ਤੇ ਇੰਪੋਰਟੈਂਟ ਹੈਗਾ ਲਿਟਰੇਰੀ ਵਰਲਡ ਦੇ ਵਿੱਚ ਇਹ ਵਰਕ ਐਂਡ ਦ ਬੈਟਲ ਆਫ ਬੁੱਕਸ ਦੋਵੇਂ ਵਰਕ ਬਹੁਤ ਜ਼ਿਆਦਾ ਅ ਕਹਿ ਲੋ ਕਿ ਫੇਮਸ ਹੋਏ ਸੀ ਉਸ ਟਾਈਮ ਅੱਜ ਵੀ ਇਹ ਸਿਲੇਬਸ ਦੇ ਵਿੱਚ ਹੈਗੇ ਆ ਗ੍ਰੈਜੂਏਸ਼ਨ ਦੇ ਵਿੱਚ ਮਾਸਟਰ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਇਹ ਪਬਲਿਸ਼ ਹੋਏ ਦੀ 1704 ਦੇ ਵਿੱਚ ਹਨ ਹੀ బిਗਨ ਇਸ ਪੋਲਿਟੀਕਲ ਕੈਰੀਅਰ ਉਤੋਂ ਬਾਅਦ ਉਹ ਪੋਲਿਟੀਕਲ ਕੈਰੀਅਰ ਵੀ ਸ਼ੁਰੂ ਕਰਦੇ ਆ ਆਪਣਾ ਜਿਆ ਪਰਟ ਆਫ ਦਾ ਬਿਗ ਪੋਲਿਟੀਕਲ ਪਾਰਟੀ ਦੇਖੋ ਉੱਥੇ ਟੌਰੇ ਤੇ ਬਿਗ ਦੋ ਪੋਲਿਟੀਕਲ ਪਾਰਟੀਆਂ ਜਾਂ ਦੋ ਪੋਲਿਟੀਕਲ ਅ ਧਿਰਾਂ ਕਹਿ ਸਕਦੇ ਹੋ ਤੁਸੀਂ ਸੀਗੀਆਂ ਤੇ ਬਟ ਇਨ 1710 ਸਵਿਚਡ ਸਾਈਡਸ ਉੱਥੇ ਦੇ ਕੋ ਪੋਲਿਟੀਕਲ ਲਾਈਨ ਹੀ ਇਦਾਂ ਦੀ ਹੈ ਕਿ ਆਪਣਾ ਦੇਖਦਾ ਬੰਦਾ ਹਿਸਾਬ ਜੈ ਸਹੀ ਹੈ ਨਾ ਤੇ ਇਹਨਾਂ ਨੇ ਸਵਿਚ ਸਾਈਡ ਸਵਿਚ ਕਰ ਲਈ ਮੀਨਸ ਟੋਰੇ ਬਣ ਗਏ ਬਿਕਮਿੰਗ ਅ ਟੋਰੇ ਐਂਡ ਟੇਕਿੰਗ ਓਵਰ ਦਾ ਟੋਰੇ ਜਰਨਲ ਦਾ ਐਗਜ਼ਾਮੀਨਰ ਤੇ ਟੋਰੇ پارٹی ਦਾ ਜਰਨਲ ਸੀਗਾ ਦਾ ਐਗਜ਼ਾਮੀਨਰ ਉਹਦੇ ਵਿੱਚ ਉਹ ਆਪਣੇ ਲੇਖ ਵਗੈਰਾ ਛਪਾਉਣ ਲੱਗ ਪਏ ਹੈ ਨਾ ਇਨ 1713 ਸਵਿਫਟ ਵਾਸ ਅਪੋਇੰਟਡ ਡੀਨ ਆਫ ਸੇਂਟ ਪੈਟ੍ਰਿਕਸ ਇਨ ਡਬਲਿਨ ਡਬਲਿਨ ਦੇ ਵਿੱਚ ਸੇਂਟ ਪੈਟ੍ਰਿਕ ਦਾ ਜਿਹੜਾ ਹੈਗਾ ਡੀਨ ਅਪੋਇੰਟ ਕਰ ਦਿੱਤਾ ਇਹਨਾਂ ਨੂੰ ਉੱਪਰ ਵੀ ਪੜਿਆ ਸੀ ਆਪਾਂ ਹਾਂ the same year in 1713 he joined with unne ne hath badhaya ke de naal hath milaya alexander pope nal john gay nal john arbuthnot henry st john and thomas pernell de naal to form the innu dhyanna karo ji scribblers literary club in 1715 1715 de vich ha na 13 de vich unne join kita pope john gay john arbuthnot thomas pernell nu ਪਲਾਨਿੰਗ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਲਿਟਰੇਰੀ ਲਿਟਰੇਚਰ ਦਾ ਕਲੱਬ ਬਣ ਜਾਂਦਾ ਉਹਦੇ ਮੈਂਬਰ ਬਣ ਜਾਂਦੇ ਆ ਸਾਰੇ ਤੇ ਉਹਦਾ ਨਾਮ ਹੁੰਦਾ ਸਕ੍ਰਿਪਲਰਿਸ ਕਲੱਬ ਤੇ 1715 ਦੇ ਵਿੱਚ ਹਨਾ ਇਹ ਫਾਰਮ ਫਾਰਮੇਸ਼ਨ ਦੇ ਵਿੱਚ ਆ ਜਾਂਦਾ ਤੇ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਦੇ ਮੈਂਬਰ ਕਿਹੜੇ-ਕਿਹੜੇ ਸੀ ਹੇਠ ਲਿਖਿਆਂ ਚੋਂ ਤੇ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਹੇਠ ਲਿਖਿਆਂ ਚੋਂ ਕਿਹੜਾ ਮੈਂਬਰ ਇਹਦਾ ਨਹੀਂ ਸੀਗਾ ਹਨਾ ਇਹ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਆਜੋ ਜੀ ਇਟ ਵਾਸ ਆਲਸੋ ਅਰਾਊਂਡ ਦਿਸ ਟਾਈਮ ਇਸੇ ਟਾਈਮ ਦੇ ਦਰਮਿਆਨ ਥੈਟ ਹੀ ਮੈਟ ਇਸਟਰ ਵਨੇਸਾ ਦੇਖੋ ਪਹਿਲਾਂ ਮਿਲੇ ਸੀ ਇਸਥਰ ਜੌਨਸਨ ਆ ਉਹ ਲੇਡੀ ਹੋਰ ਸੀਗੀ ਇਹ ਹੈਗੇ ਇਸਥਰ ਵੈਨੇਸਾ ਵੈਨਹੋਮਿਕ ਤੇ ਇਹ 1688 ਤੋਂ ਜਨਮ ਹੁੰਦਾ 1723 ਚ ਇਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋ ਜਾਂਦੀ ਆ 40 ਸਾਲ ਦੇ ਨੇੜੇ ਤੇੜੇ ਤੁਸੀਂ ਮੰਨ ਲਓ ਇਹਨੂੰ ਉਹ ਇਨਸਪਾਇਰਡ ਹਿਸ ਪੋਇਮ ਜਿਨ੍ਹਾਂ ਨੇ ਉਹਨਾਂ ਦੀ ਪੋਇਮ ਲਿਖਵਾਈ ਜਾਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਵਿਫਟ ਸਾਹਿਬ ਨੇ ਜਿਹੜੀ ਹੈਗੀ ਪੋਇਮ ਲਿਖੀ ਜਿਹਦਾ ਨਾਮ ਸੀ ਕੈਡਨਸ ਐਂਡ ਵੈਨੇਸਾ 1713 ਦੇ ਵਿੱਚ ਹਣਾ ਤਾਂ ਇਹ ਇਹਨਾਂ ਦੇ ਫੀਮੇਲ ਫਰੈਂਡ ਸੀਗੇ ਹਾਊਏਵਰ ਹਰ ਲਵ ਵਾਸ ਨਾਟ ਰੈਸਿਪ੍ਰੋਕੇਟਿਡ ਬਾਈ ਸਵਿਫਟ ਸਵਿਫਟ ਦੁਆਰਾ ਉਹਨਾਂ ਦਾ ਜਿਹੜਾ ਮਤਲਬ ਪਿਆਰ ਆ ਉਹਨਾਂ ਨੂੰ ਰੈਸਿਪ੍ਰੋਕੇਟ ਉਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਸੋ ਸ਼ੀ ਡਾਈਡ ਇਨ 1723 5 ਇਅਰਸ ਲੇਟਰ 1728 ਦੇ ਨੇੜੇ ਤੇੜੇ ਹਿਸ ਸਟੈਲਾ ਜਿਹੜੀ ਪਹਿਲਾਂ ਵਾਲੀ ਲੇਡੀ ਸੀਗੀ ਈਸਟਰ ਜੌਨਸਨ ਆਲਸੋ ਡਾਈਡ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ ਸਿਰਫ 5 ਸਾਲ ਬਾਅਦ ਹਨਾ ਤੇ ਹਰ ਡੈਥ ਮੂਵਡ ਸਵਿਫਟ ਟੂ ਰਾਈਟ the death of mrs johnson ਤੁਹਾਨੂੰ ਕੁਐਸਚਨ ਆ ਸਕਦਾ ਕਿ ਸਵਿਫਟ ਨੇ ਇਸਰ ਜੌਨਸਨ ਦੇ ਮਰਨ ਤੇ ਕਿਹੜੀ ਜਿਹੜੀ ਹੈਗੀ ਆ ਵਰਕ ਲਿਖਿਆ ਤਾਂ ਵਰਕ ਸੀਗਾ ਜੀ the death of mrs johnson ਇਹ ਧਿਆਨ ਰੱਖਣਾ ਜੇ ਤੁਹਾਨੂੰ ਪੁੱਛਿਆ ਜਾ ਸਕਦਾ death of mrs johnson ਕਿਹਦਾ ਵਰਕ ਹੈ ਜੀ ਸਿੰਪਲ ਜਨਾਥਨ ਸਵਿਫਟ ਸਵਿਫਟ ਇਜ਼ ਨੋਨ ਫੋਰ ਹਿਸ ਨੋਵਲ ਆ ਬੜਾ ਘੈਂਟ ਨੋਵਲ ਹੈ ਜੀ ਗੁਲੀਵਰ ਟਰੈਵਲਸ ਦੇਖੋ ਇਹਨੂੰ ਬੁੱਕ ਨੂੰ ਇੱਕ ਕਹਾ ਜਾਂਦਾ ਬੁੱਕ ਆਫ ਫੈਂਟਸੀ ਫੈਂਟਸੀ ਬੁੱਕ ਕਹਾ ਜਾਂਦਾ ਸਿੱਧਾ ਕੁਐਸਚਨ ਆ ਜਾਂਦਾ ਗੁਲੀਵਰ ਟਰੈਵਲਸ ਇਜ਼ ਆ অপশন ਦਿੱਤੇ ਹੋਣਗੇ 4 ਹਨਾ ਫੁਲਾਣੀ ਬੁੱਕ ਢੁਕਾਣੀ ਬੁੱਕ ਨਾਲ ਹੋ ਫੈਂਟਸੀ ਬੁੱਕ ਤੁਸੀਂ ਫੈਂਟਸੀ ਤੇ ਲਾ ਦੇਣਾ ਇਹਨੂੰ ਸਟਾਇਰ ਵੀ ਕਿਹਾ ਜਾ ਸਕਦਾ ਤੇ ਇਹਨਾਂ ਚੋਂ ਇੱਕ ਆਪਸ਼ਨ ਆ ਉਹ ਇਹ ਨਹੀਂ ਕਿ ਤਿੰਨੋ ਹੀ ਦੇ ਦੇ ਤੇ ਪੁੱਛੀ ਜਾਵੇ ਤੁਹਾਨੂੰ ਤਾਂ ਉਹ ਕੁਐਸਚਨ ਹੀ ਹਨਾ ਕਾਉਂਸਲ ਹੋ ਜਾਊਗਾ ਫਿਰ ਪੋਲੀਟੀਕਲ ਅਲੈਗਰੀ ਆ ਦੇਖੋ ਇਹ ਧਿਆਨ ਰੱਖਿਓ ਫੈਂਟਸੀ ਆ ਸਟਾਇਰ ਆ ਪੋਲੀਟੀਕਲ ਅਲੈਗਰੀ ਆ ਵਿਚ ਵਾਸ ਪਬਲਿਸ਼ਡ ਇਨ 1726 ਯਾਦ ਰੱਖਣਾ ਜੀ ਇਸ ਤਰ੍ਹਾਂ ਦੇ ਜਿਹੜੇ ਮੇਨ ਮੇਜਰ ਵਰਕਸ ਹੈਗੇ ਉਹਨਾਂ ਦੀ ਡੇਟਸ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਬਹੁਤ ਘੱਟ ਪੁੱਛਦੇ ਹੋਏ ਸੇ ਆਜੋ ਜੀ ਅੱਗੇ ਹਿਸ ਪੈਂਫਲੇਟਸ ਦਾ ਗ੍ਰੈਂਡ ਕੁਐਸਚਨ ਡਿਬੇਟਡ ਇੰਪੋਰਟੈਂਟ ਆ ਜੀ ਯਾਦ ਰੱਖਿਓ ਐਂਡ ਆ ਮੋਡੈਸਟ ਪ੍ਰੋਪੋਜ਼ਲ ਇਹ ਬਹੁਤ ਇੰਪੋਰਟੈਂਟ ਆ ਜੀ ਤੇ ਇਹ ਜਿਹੜੇ ਦੋਵੇਂ ਪੈਂਫਲੇਟ ਆ ਉਹ ਕੀ ਆ ਫੋਰ ਪ੍ਰਿਵੈਂਟਿੰਗ ਦਾ ਚਿਲड्रन ਆਫ ਪੂਅਰ ਪੀਪਲ ਕਿੰਨਾਂ ਦੇ ਬੱਚੇ ਪੂਅਰ ਪੀਪਲ ਉਹਨਾਂ ਦੇ ਬੱਚੇ ਫੋਰ ਬੀਇੰਗ ਆ ਬਰਦਨ ਬਰਦਨ ਮਤਲਬ ਬਰਦਨ ਕਹਿ ਲੋ ਚਾਹੇ ਟੂ ਦਾ ਪੇਰੈਂਟਸ ਔਰ ਦਾ ਕੰਟਰੀ ਐਂਡ ਫੋਰ ਮੇਕਿੰਗ ਥੈਮ ਬੈਨੀਫੀਸ਼ੀਅਲ ਟੂ ਦਾ ਪਬਲਿਕ ਉਹਨਾਂ ਦੇ ਬੋਝ ਬਣਦੇ ਆ ਗਰੀਬਾਂ ਦੇ ਬੱਚੇ ਹਨਾ by fattening and eating them appeared in 1729 ਇਹਦੇ ਬਾਰੇ ਡਿਟੇਲ ਚ ਬਾਅਦ ਚ ਆਪਾਂ ਕਰਾਂਗੇ ਵੀ ਕੀ ਮਤਲਬ ਬਰੀਫਿੰਗ ਕਰ ਲਵਾਂਗੇ ਇਹਦੀ ਤੇ ਇਹਦਾ ਥੀਮ ਇਹ ਆ ਕਿ ਪ੍ਰਵੈਂਟ ਦਾ ਚਿਲड्रन ਆਫ ਪੂਰ ਪੀਪਲ ਫਰਮ ਬੀਇੰਗ ਬਰਡਨ ਔਨ ਦੇ ਪੇਰੈਂਟਸ ਐਂਡ ਕੰਟਰੀ ਫਾਰ ਮੇਕਿੰਗ them beneficial to the public ਉਹਨਾਂ ਨੂੰ ਆਪਣੇ ਮਾਪਿਓ ਤੇ ਜਾਂ ਆਪਣੇ ਦੇਸ਼ ਤੇ ਜਿਹੜਾ ਹੈਗਾ ਬਰਡਨ ਬੋਝ ਨਾ ਬਣ ਕੇ ਉਹਨਾਂ ਨੂੰ ਪਬਲਿਕਲੀ ਬੈਨੀਫੀਸ਼ੀਅਲ ਕਿਵੇਂ ਕੀਤਾ ਜਾਵੇ ਇਹਦੇ ਬਾਰੇ ਚਰਚਾ ਕੀਤੀ ਗਈ ਸੀ ਇਸ ਚ ਏ ਬਾਈ ਹਾਂ ਇੰਗਲੈਂਡ ਤੇ ਆਇਰਲੈਂਡ ਦੇ ਵਿੱਚ ਕਾਫੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀ ਇੰਗਲੈਂਡ ਵਾਲੇ ਕਹਿੰਦੇ ਸੀ ਵੀ ਇੱਥੋਂ ਕੈਥੋਲਿਕਸ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਹੌਲੀ-ਹੌਲੀ ਖਤਮ ਕਰ ਦੋ ਆਪਾਂ ਪਹਿਲਾਂ ਵੀ ਇੱਕ ਰਾਈਟਰ ਦੇ ਉਹਦੇ ਵਿੱਚ ਪੜਿਆ ਸੀ ਕਿ ਆਇਰਲੈਂਡ ਨੂੰ ਖਤਮ ਕਰ ਦੋ ਚਾਹੇ ਮਤਲਬ ਉਹਨਾਂ ਦਾ ਜਿਹੜਾ ਟਰੈਡੀਸ਼ਨ ਆ ਉਹ ਖਤਮ ਕਰ ਦੋ ਬਿਲਕੁਲ ਚਾਹੇ ਧਰਮ ਨੂੰ ਮਤਲਬ ਆਇਰਲੈਂਡ ਦੇ ਧਰਮ ਨੂੰ ਕਿਵੇਂ ਖਤਮ ਕਰਨਾ ਉਹਨਾਂ ਦਾ ਲਿਟਰੇਚਰ ਖਤਮ ਕਰ ਦੋ ਉਹਨਾਂ ਦੀ ਬਾਦਸ਼ਾਹ ਖਤਮ ਕਰ ਦੋ ਇਹਦੇ ਨਾਲ ਹੀ ਕੀ ਆ ਉੱਥੇ ਕੈਥਲਿਕਸ ਖਤਮ ਹੋ ਜਾਣਗੇ ਲੜਾਈ ਕਾਫੀ ਟਾਈਮ ਤੇ ਹੁਣ ਵੀ ਚੱਲਦੀ ਆ ਰਹੀ ਆ ਹਨਾ ਉਦੋਂ ਬਹੁਤ ਇਹਨਾਂ ਦਾ ਰੌਲਾ ਸੀਗਾ ਇਨ 1735 ਸਵਿਫਟ ਸਵਿਫਟ ਗਿਆ ਆ ਪੇਸ਼ੀਐਂਟ ਆਫ ਮੈਨੀਅਰਸ ਡਿਜ਼ੀਜ਼ ਬੀਕਮ ਮੋਰ ਇਲ ਐਂਡ ਸਫਰਡ ਫ্রম ਲੁਆਇਸੀ ਐਂਡ ਡਿਜ਼ੀਨੈਸ ਬਹੁਤ ਬਿਮਾਰ ਰਹਿੰਦੇ ਸੀਗੇ ਹੀ ਵਾਸ ਸਟ੍ਰੱਕ ਬਾਈ ਪੈਰਾਲਾਈਸਿਸ ਹੋ ਜਾਂਦਾ ਵਿਚਾਰੇ ਨੂੰ ਫਾਲੋਡ ਬਾਈ ਅਫੇਜ਼ੀਆ ਅ ਲੌਂਗ ਪੀਰੀਅਡ ਆਫ ਅਪੈਥੀ ਬਹੁਤ ਤੰਗ ਰਹਿੰਦੇ ਆ ਤੇ ਫਿਰ ਮਤਲਬ ਉਹਨਾਂ ਦੀ ਡੈਥ ਹੁੰਦੀ ਆ on 19th of october 1745 at the age of 78 and was buried in st patricks alongside stella stella nu bahut mohabbat karde si te ohna di kabar de naal hi ohdi jehdi hai ki kabar utthe buried ohnu dafna ditta janda te ek cheez hor bahut important hai paper ch augi sidhi tuhanu i bhi hui hai even epitaph hai na kise di jehdi matlab kabar hundi hai oh de upar kuch likhya hunda jidda shakespeare de likhya hoya si ga ਇਦੋਂ ਆਪਾਂ ਸਵਿਫਟ ਦੀ ਕਵਰ ਤੇ ਕੀ ਲਿਖਿਆ ਹੋਇਆ ਤੁਹਾਨੂੰ ਪੇਪਰ ਤੇ ਸਿੱਧਾ ਕੁਐਸਚਨ ਆਉ ਤੁਸੀ ਬਸ ਆਪਾਂ ਪੁਛ ਨਹੀਂ ਲੈਣਾ ਕਿਸੇ ਦੀ ਕਵਰ ਤੋਂ ਆਪਾਂ ਤਾਂ ਕੁਐਸਚਨ ਦੇਖਣਾ ਵਾ ਸੋਤੇ ਲਿਖਿਆ ਹੋਇਆ ਹੇਅਰ ਇਜ਼ ਲੀਡ ਦਾ ਬਾਡੀ ਆਫ ਜੋਨਾਥਨ ਸਵਿਫਟ ਡਾਕਟਰ ਆਫ ਸਕੁਅਰਡ ਥੀਓਲੋਜੀ ਇਹ ਵਾਲਾ ਵਰਡ ਤੁਹਾਨੂੰ ਮਿਲ ਗਿਆ ਤਾਂ ਤੁਸੀਂ ਕਹਿ ਦਿਓ ਕਿ ਇਹ ਸਵਿਫਟ ਦੇ ਯਾਨੀ ਕਿ ਉਤੇ ਲਿਖਿਆ ਹੋਇਆ ਹਾਲਾਂਕਿ ਇਹਦੇ ਵਿੱਚ ਸਵਿਫਟ ਵਰਡ ਵੀ ਆ ਰਿਹਾ ਪਰ ਇਹ ਇਹ ਵਿੱਚੋਂ ਇਹ ਚੀਜ਼ਾਂ ਨੂੰ ਮਿਸ ਵੀ ਕਰ ਸਕਦੇ ਨਾਮ ਉਹੀ ਰੱਖ ਦੇਣਗੇ ਨਾ ਤਿੰਨ ਚਾਰ ਆਪਸ਼ਨਾਂ ਚ ਤੁਸੀਂ ਇਹ ਯਾਦ ਰੱਖਣਾ ਹੇਅਰ ਇਜ਼ ਲੇਡ ਦਾ ਬੋਡੀ ਆਫ ਜਨਾਥਨ ਸਵਿਫਟ ਡਾਕਟਰ ਆਫ ਸਕੁਆਇਰਡ ਥੀਓਲੋਜੀ ਯਾਦ ਰੱਖਣਾ ਤੁਸੀਂ ਦੋਸਤੋ ਨੈਕਸਟ ਦੇਖਦੇ ਆ ਅੱਗੇ ਕੀ ਹੈ ਜੀ ਨੈਕਸਟ ਆਜੋ ਜੀ ਜான் ਰਸਕਿਨ ਕੀ ਕਹਿੰਦੇ ਆ ਹਨ ਨੇਮਡ ਹਿਮ ਐਜ਼ ਵਨ ਆਫ ਦਾ 3 ਪੀਪਲ ਤਿੰਨ ਬੰਦਿਆਂ ਚ ਉਹ ਬੰਦਾ ਹੈ ਮਤਲਬ ਇਨ ਹਿਸਟਰੀ ਹੂ ਵਰ ਦਾ ਮੋਸਟ ਇਨਫਲੂਐਂਸ਼ੀਅਲ ਟੂ অর ਫੋਰ ਹਿਮ ਜਾਣੀ ਕਿ ਜੌਨ ਰਸਕਿਨ ਸਾਹਿਬ ਕਹਿੰਦੇ ਆ ਕਿ ਤਿੰਨ ਬੰਦਿਆਂ ਨੂੰ ਮੈਂ ਬਹੁਤ ਪਸੰਦ ਕਰਦਾ ਤੇ ਉਹਦੇ ਵਿੱਚੋਂ ਜਨਾਥਨ ਸਵਿਫਟ ਇਦਾਂ ਦੇ ਇਨਸਾਨ ਨੇ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਤੋਂ ਪ੍ਰਭਾਵਿਤ ਹਾਂ ਬਹੁਤ ਵੱਡੀ ਗੱਲ ਆ ਜੀ ਆ ਜਰਨਲ ਟੂ ਸਟੈਲਾ ਇਹ ਆਪਾਂ ਦੇਖਦੇ ਆ ਜੀ ਕੀ ਸੀਗਾ ਹਨਾ ਜਰਨਲ ਟੂ ਸਟੈਲਾ ਜਿਹੜਾ ਇਹਨਾਂ ਦੇ ਇਸਟਰ ਜੌਨਸਨ ਜਿਨ੍ਹਾਂ ਦਾ ਨਾਮ ਉਹਨਾਂ ਨੇ ਸਟੈਲਾ ਦੇ ਤੌਰ ਤੇ ਆਪਣੀ ਪੋਇਟਰੀ ਚ ਪਾਇਆ ਤਾਂ ਉਹ ਸੀਗੇ ਇਹ ਤਾਂ ਦੇਖੋ ਪਬਲਿਸ਼ ਤਾਂ ਹੋਇਆ ਹੈ ਉਹਨਾਂ ਦੇ ਮਤਲਬ ਪੋਸਟਮੋਲੀ ਉਹਨਾਂ ਦੇ ਮਰਨ ਤੋਂ ਬਾਅਦ ਸਵਿਫਟ ਸਾਹਿਬ ਦੇ 1767 66 ਚ ਕੰਸਿਸਟਿੰਗ ਆਫ 65 ਲੈਟਰਸ ਕੁਐਸਚਨ ਕਿਵੇਂ ਬਣਨਗੇ ਕਦੋਂ ਪਬਲਿਸ਼ ਹੋਇਆ ਕਿੰਨੇ ਲੈਟਰ ਸੀਗੇ ਉਹਦੇ ਚਿੱਠੀਆਂ ਸੀ ਮੀਨਸ ਟੂ ਹਿਸ ਫਰੈਂਡ ਈਸਰ ਜான்ਸਨ ਹੂਮ ਹੀ ਕਾਲਡ ਸਟੈਲਾ ਜਿਹਨੂੰ ਉਹ ਸਟੈਲਾ ਕਹਿ ਕੇ ਬੁਲਾਉਂਦੇ ਸੀ ਪਿਆਰ ਨਾਲ ਐਂਡ ਮੇ ਹੈਵ ਸੀਕ੍ਰੀਟਲੀ ਮੈਰਿਡ ਮੰਨਿਆ ਜਾਂਦਾ ਕਿ ਉਹਨਾਂ ਨੇ ਭੱਜ ਕੇ ਵਿਆਹ ਕਰਾ ਲਿਆ ਸੀ ਤੇ ਰਿਟਨ ਬਿਟਵੀਨ 1710 ਤੇ 13 ਦੇ ਵਿੱਚ 1710 ਤੇ 13 ਦੇ ਵਿੱਚ ਲਿਖਿਆ ਗਿਆ ਹੈ ਹਨਾ ਅ ਜਰਨਲ ਟੂ ਸਟੈਲਾ ਤੇ ਪਬਲਿਸ਼ ਕਦੋਂ ਹੁੰਦਾ ਜੀ ਉਹਨਾਂ ਦੀ ਡੈਥ ਤੋਂ ਬਾਅਦ ਪੋਸਟਿਮਸਲੀ 1766 ਦੇ ਵਿੱਚ ਅੱਗੇ ਦੇਖਦੇ ਆਂ ਦੋਸਤੋ ਵਰਕ ਲਿਸਟ ਆ ਜੀ ਇਹਨਾਂ ਦੀ ਦੇਖਦੇ ਆਂ ਕਿਹੜੇ ਕਿਹੜੇ ਵਰਕ ਨੇ ਹਨ ਇਹ ਆਪਾਂ ਜਲਦੀ ਕਰਾਂਗੇ ਤਾਂ ਕਿ ਆਪਾਂ ਇਹਨਾਂ ਦੇ ਵਿੱਚ ਫਸ ਕੇ ਨਾ ਰਹਿ ਜਾਈਏ ਹਨਾ ਟ੍ਰਿਪ ਟੂ ਡਨ ਕੇਕ ਐਂਡ ਹਿਊ ਐਂਡ ਟ੍ਰਾਈ ਆਫਟਰ ਦਾ ਪ੍ਰੋਟੈਂਡਡ ਪ੍ਰਿੰਸ ਆਫ ਦਾ ਵੇਲ 1708 ਦੇ ਵਿੱਚ ਪ੍ਰੈਡਿਕਸ਼ਨਸ ਫੋਰ ਦਾ ਈਅਰ 1708 ਰਿਟਨ ਟੂ ਪ੍ਰੀਵੈਂਟ ਦਾ ਪੀਪਲ ਆਫ ਇੰਗਲੈਂਡ ਫ੍ਰਮ ਬੀਇੰਗ ਫਰਦਰ ਇੰਪੋਜ਼ਡ ਆਨ ਬਾਈ ਵਲਗਰ ਐਲਮਨੈਕ ਮੇਕਰਸ ਬਾਈ ਇਸਾਕ ਬਿਕਸਟਾਫ 1708 ਠੀਕ ਹੈ ਜੀ ਨੈਕਸਟ ਨੈਕਸਟ ਦੇਖੋ ਦੋਸਤੋ ਦਾ ਅਕੰਪਲਿਸ਼ਮੈਂਟ ਆਫ ਦਾ ਫਰਸਟ ਆਫ ਮਿਸਟਰ ਵਿਕਰਸ ਟੌਪਸ ਪ੍ਰਡਿਕਸ਼ਨਸ ਬੀਇੰਗ ਐਨ ਅਕਾਊਂਟ ਆਫ ਦਾ ਡੈਥ ਆਫ ਮਿਸਟਰ ਪੈਟ੍ਰਿਸ ਦਾ ਅਲਮਾਨਕ ਮਿਕਰ 1708 ਉਸ ਤੋਂ ਬਾਅਦ ਇੱਕ ਚੀਜ਼ ਦਾ ਧਿਆਨ ਰੱਖਿਓ ਜਿੰਨੇ ਵੀ ਆਪਾਂ ਰਾਈਟਰ ਕਰਾਂਗੇ ਜਿਹੜੇ ਹਾਈਲਾਈਟਡ ਨੇ ਕਿਤੇ ਨਾ ਕਿਤੇ ਵਰਕ ਬਹੁਤ ਇੰਪੋਰਟੈਂਟ ਨੇ ਦੋਸਤੋ ਦਾ ਗਰਬ ਸਟਰੀਟ ਐਲਜੀ ਇਹ ਬਹੁਤ ਇੰਪੋਰਟੈਂਟ ਆ ਪੇਪਰ ਚ ਆ ਸਕਦੀ ਹੈ ਤੁਹਾਨੂੰ ਸਿੰਪਲ ਕੁਐਸਚਨ ਜ਼ਿਆਦਾ ਆਉਣਗੇ ਤਕਰੀਬਨ 70 80 ਤੋ ਲੈ ਕੇ 90 ਕੁਐਸਚਨ ਤੱਕ ਵੀ ਇਦਾਂ ਦੇ ਆ ਜਾਂਦੇ ਆ ਕਿ ਸਿੱਧਾ ਹੀ ਪੁੱਛਦੇ ਆ ਵਰਕ ਕਿਹਦਾ ਤਿਆ ਕੀਤਾ ਨਹੀਂ ਆ ਜਿਆਦਾਤਰ ਪੁੱਛਦੇ ਆ ਕਿ ਫਲਾਣੇ ਦਾ ਵਰਕ ਕਿਹੜਾ ਜੀ ਹੈਨਾ ਆ ਗ੍ਰੈਬ ਸਟਰੀਟ ਐਲਜੀ ਔਨ ਦਾ ਸੁਪੋਜ਼ਡ ਡੈਥ ਆਫ ਮਿਸਟਰ ਪੈਟ੍ਰਿਸ ਦਾ ਐਲਮਾਨਿਕ ਮੇਕਰ 1708 ਇਹ ਐਲਜੀ ਆ ਜੀ ਡੈਥ ਆਫ ਮਿਸਟਰ ਪੈਟ੍ਰਿਸ ਦੇ ਉੱਪਰ ਨੈਕਸਟ ਦੇਖਦੇ ਆਂ ਦੋਸਤੋ ਐਨ ਆਰਗੂਮੈਂਟ ਅਗੇਂਸਟ ਐਬੋਲਿਸ਼ਿੰਗ ਕ੍ਰਿਸਚੀਅਨਿਟੀ ਇਨ ਇੰਗਲੈਂਡ ਬਹੁਤ ਇੰਪੋਰਟੈਂਟ ਆ ਜੀ ਧਿਆਨ ਨਾ ਕਰਿਓ 1708 ਦੇ ਵਿੱਚ ਆਰਗੂਮੈਂਟ ਸੀਗਾ ਕ੍ਰਿਸਚੈਨਿਟੀ ਨੂੰ ਇੰਗਲੈਂਡ ਦੇ ਵਿੱਚੋਂ ਅਵੈਲਿਸ਼ ਕਰਨ ਦੇ ਬਾਰੇ ਸਟਾਇਰਿਕਲ ਐਸੇ ਟੂ ਡਿਫੈਂਡ ਕ੍ਰਿਸਚੈਨਿਟੀ ਕ੍ਰਿਸਚੈਨਿਟੀ ਨੂੰ ਜਿਹੜਾ ਹੈਗਾ ਡਿਫੈਂਡ ਕਰਨ ਲਈ ਇੱਕ ਸਟਾਇਰ ਸੀ ਇੱਕ ਤਰ੍ਹਾਂ ਦਾ ਲੋਕਾਂ ਨੂੰ ਸਮਝਾਉਣ ਵਾਸਤੇ ਨੈਕਸਟ ਦੇਖਦੇ ਹਾਂ ਦੋਸਤੋ ਅ ਵਿੰਡੀਕੇਸ਼ਨ ਆਫ ਇਸਾਕ ਵਿਕਰ ਸਟਾਫ 1709 ਅ ਫੇਮਸ ਪ੍ਰੈਡਿਕਸ਼ਨ ਆਫ ਮਰਲਿਨ ਦਾ ਬ੍ਰਿਟਿਸ਼ ਵਿਜ਼ਰਡ 1709 a project for the advancement of religion and the reformation of manners 1709. a meditation upon the bromstock 1710 a proposal for correcting improving and sustaining the english tongue 1712 a proposal for the universal use of irish manufacturers 1720 ਦੇ ਵਿੱਚ ਇਹ ਆਉਂਦਾ ਜੀ ਨੈਕਸਟ ਆਜੋ ਦੋਸਤੋ ਅੱਗੇ ਦੇਖਦੇ ਹਾਂ ਡ੍ਰੈਪੀਅਰ ਲੈਟਰਸ ਜਿਵੇਂ ਕਿ ਇਹਨਾਂ ਦਾ ਨਿਕਨੇਮ ਵੀ ਸੀਗਾ ਪਰ ਡ੍ਰੈਪੀਅਰ ਲੈਟਰਸ ਕੀ ਸੀ ਪੋਲਿਟੀਕਲ ਪੰਮਫਲੇਟ ਸੀ ਸੀਰੀਜ਼ ਆਫ 7 ਹੈ ਨਾ ਸੱਤ ਉਹਦੀ ਸੀਰੀਜ਼ ਸੀ ਸ਼੍ਰੰਖਲਾ ਸੀ ਇੱਕ ਰਿਟਨ ਇਨ 172520 4 ਪਬਲਿਸ਼ਡ ਇਨ 1734 ਬਾਅਦ ਦੇ ਵਿੱਚ ਇਹ ਪਬਲਿਸ਼ ਕੀਤੀ ਗਈ ਹੈ ਨਾ 8-10 ਸਾਲ ਦੇ ਬਾਅਦ ਤਕਰੀਬਨ ਇਹਦਾ ਸਬਜੈਕਟ ਕੀ ਸੀਗਾ ਜੇ ਤੁਹਾਨੂੰ ਕੋਈ ਪੁੱਛ ਲਵੇ ਪੇਪਰ ਦੇ ਵਿੱਚ ਡ੍ਰੈਪੀਅਰ ਲੈਟਰ ਦਾ ਸਬਜੈਕਟ ਸੀਗਾ ਦੋਸਤੋ ਟੂ ਰੋਜ਼ ਪਬਲਿਕ opinion ਇਨ ਆਇਰਲੈਂਡ ਅਗੇਂਸਟ ਦਾ ਇੰਪੋਜੀਸ਼ਨ ਆਫ ਪ੍ਰਾਈਵੇਟਲੀ ਮਿੰਟਡ ਕਾਪਰ ਕੋਇਨਜ਼ ਜਿਹੜੇ ਸਿੱਕੇ ਵਗੈਰਾ ਬਣਦੇ ਸੀ ਹੈ ਨਾ that swift believed to be of inferior quality ਉਹ ਇਨਫੀਰੀਅਰ ਕੁਆਲਿਟੀ ਦੇ ਆ ਇਸ ਕਰਕੇ ਇਹਦਾ ਟਾਈਟਲ ਸੀ ਦੋਸਤੋ ਹਨ ਨੈਕਸਟ ਆ ਵੀ ਇੰਪੋਰਟੈਂਟ ਆ ਕੈਡਨਸ ਐਂਡ ਵੈਨੇਸਾ ਹਨ ਜਿਹੜੀ ਉਹਨਾਂ ਦੀ ਸੈਕਿੰਡ ਤੁਸੀਂ ਕਹਿ ਸਕਦੇ ਹੋ ਕਿ ਫੀਮੇਲ ਫਰੈਂਡ ਸੀ ਉਹਦੇ ਬਾਰੇ ਸੀ ਹਨ 70 17 26 ਦੇ ਵਿੱਚ 17 26 ਦੇ ਵਿੱਚ ਨੈਕਸਟ ਆ ਸ਼ਾਰਟ 뷰 ਆਫ ਦਾ ਸਟੇਟ ਆਫ ਆਇਰਲੈਂਡ 7027 ਦੇ ਵਿੱਚ ਬਹੁਤ ਇੰਪੋਰਟੈਂਟ ਆ ਜੀ ਆ ਮੋਡਸਟ ਪ੍ਰਪੋਜ਼ਲ 1729 ਨੈਕਸਟ ਡਾਇਰੈਕਸ਼ਨਸ ਟੂ ਸਰਵੈਂਟਸ ਇਹ ਵੀ ਕਾਫੀ ਅ ਅੱਛਾ ਇਹਨਾਂ ਨੇ ਲਿਖਿਆ ਸੀ 1731 ਦੇ ਵਿੱਚ ਟੋਟਲ ਇਹਦੇ ਵਿੱਚ 16 ਚੈਪਟਰ ਨੇ ਇਹ ਚੀਜ਼ਾਂ ਥੋੜੀਆਂ ਯਾਦ ਰੱਖਣ ਵਾਲੀਆਂ ਹੁੰਦੀਆਂ ਤੇ ਸਟਾਇਲ ਹੈਗਾ ਇਹ ਹਿਊਮਰਸ ਐਸਏ ਆ ਹਨਾ ਡਾਇਰੈਕਸ਼ਨਸ ਟੂ ਸਰਵੈਂਟਸ 1731 ਦੇ ਵਿੱਚ 16 ਚੈਪਟਰ ਸੀ ਯਾਦ ਰੱਖਣਾ ਨਾਟ ਪਬਲਿਸ਼ਡ ਅਨਟਿਲ ਆਫਟਰ ਹਿਸ ਡੈਥ ਇਨ 1745 ਤੱਕ ਉਹ ਡੈਥ ਤੱਕ ਵੀ ਨਹੀਂ ਸੀ ਪਬਲਿਸ਼ ਹੋਇਆ ਇਟ ਅਪੀਅਰਸ ਦੈਟ ਦਾ ਵਰਕ ਵਾਸ ਅਨਫਿਨਿਸ਼ਡ ਤੇ ਲੋਕੀ ਮਤਲਬ ਇਹਦੇ ਬਾਰੇ ਵਿਚਾਰ ਦਿੰਦੇ ਆ ਲਿਟਰਰੀ ਜਿਹੜੇ ਬੰਦੇ ਆ ਕਿ ਲੱਗਦਾ ਸੀ ਦੇਖ ਕੇ ਇਹ ਪੂਰਾ ਵਰਕ ਨਹੀਂ ਸੀਗਾ ਹਾਂ ਅਜੋ ਦੋਸਤੋ ਨੈਕਸਟ ਇੰਪੋਰਟੈਂਟ ਵਰਕਸ ਆਫ ਜਨਾਥਨ ਸਵਿਫਟ ਦੇਖੋ ਆਪਾਂ ਗੱਲ ਕੀਤੀ ਸੀ ਟੇਲ ਆਫ ਟੱਬ ਬਹੁਤ ਇੰਪੋਰਟੈਂਟ ਵਰਕ ਆ ਦੇਖਦੇ ਕੀ ਆ ਜਨਾਥਨ ਸਵਿਫਟਸ ਆ ਟੇਲ ਆਫ ਟੱਬ ਇਜ਼ ਆ ਪ੍ਰੋਜ਼ ਸਟਾਇਰ ਤੁਹਾਨੂੰ ਕੋਈ ਕਹੇ ਕੀ ਆਹੇ ਸਟਾਇਰ ਆ ਜੀ ਪ੍ਰੋਜ਼ ਦੇ ਵਿੱਚ ਲਿਖਿਆ ਗਿਆ ਕੰਪੋਜ਼ਡ ਬਿਟਵੀਨ 1694 ਐਂਡ 1697 94 ਤੋਂ 97 ਦੇ ਦਰਮਿਆਨ ਲਿਖਿਆ ਗਿਆ ਐਂਡ ਪਬਲਿਸ਼ਡ ਇਨ 1704 ਦੇ ਵਿੱਚ ਬਿਲਕੁਲ ਯਾਦ ਰੱਖਿਓ ਜੀ ਟੇਲ ਆਫ ਟੱਬ ਤੇ ਇੱਕ ਜਿਹੜਾ ਹੋਰ ਸੀਗਾ ਮੋਡੇਸਟ ਪ੍ਰਪੋਜ਼ਲ ਇਹ ਦੋਵੇਂ 17 ਦਾ 4 ਦੇ ਵਿੱਚ ਲਿਖੀ ਗਈ ਸੀ ਤਾਂ ਇਹ ਬਿਲਕੁਲ ਯਾਦ ਰੱਖਣਾ ਜੀ ਟੇਲ ਆਫ ਟੱਬ 17 ਦਾ 4 ਦੇ ਵਿੱਚ ਜਿਹੜਾ ਹੈਗਾ ਪਬਲਿਸ਼ ਹੋਇਆ ਸੀ ਉਸ ਇਨ ਦਾ ਅਪੋਲੋਜੀ ਟੂ ਦਾ ਬੁੱਕ ਸਵਿਫਟ ਸਟੇਟਸ ਹੈਨਾ ਉਹ ਕੀ ਕਹਿੰਦੇ ਆ ਟੇਲ ਆਫ ਟੱਬ ਵਾਸ ਪਾਰਟਲੀ ਇੰਟੈਂਡਡ ਟੂ ਅਟੈਕ ਦਾ ਰਿਲੀਜੀਅਸ ਗਰਪਸ ਕਾ ਤੋ ਲਿਖਿਆ ਗਿਆ ਸੀ ਰਿਲੀਜੀਅਸ ਗਰਪਸ ਨੂੰ ਅਟੈਕ ਕਰਨ ਵਾਸਤੇ that he saw as threatening the hegemony of the anglican church anglican church te jehda matlab khatra keh sakde ha apan ha na oh de bare likhya gaya si the work made swift notorious and was widely misunderstood te enu bahut puri duniya de vich enu misunderstood kita gaya jeda ke hun tak vi charcha oh te chaldi aa rahi aa te hun oh confusions dur hoyian ne holi holi especially by queen ana ਕੁਇਨ ਐਨ ਐ ਸੀਗੇ ਉਹ ਉਹ ਵੀ ਉਹਨੂੰ ਮਿਸ ਅੰਡਰਟੁਕ ਜਾਂ ਮਿਸ ਅੰਡਰਸਟੂਡ ਹੋ ਗਿਆ ਹਨ ਇਟਸ ਪਰਪਸ ਫੋਰ 프로ਫੈਨਿਟੀ ਦ ਬੁੱਕ ਕੰਸਿਸਟਸ ਅ ਟੇਲ ਆਫ 3 ਬ੍ਰਦਰਸ ਐਂਡ ਡਿਗ੍ਰੇਸ਼ਨਸ ਤਿੰਨ ਭਰਾਵਾਂ ਦੀ ਕਹਾਣੀ ਆ ਹਨ ਹਾਂ ਹਾਲਾਂਕਿ ਧਰਮ ਦੇ ਵਾਰੀ ਇਹ ਬੁੱਕ ਹੈਗੀ ਆ ਸਾਰੀ ਤੇ ਐਂਗਲਿਕਨਸ ਹਨਾ ਰੋਮਨ ਕੈਥਲਿਕਸ ਇਹ ਸਾਰਿਆਂ ਨੂੰ ਮਤਲਬ ਦੇਖਦੇ ਹੋਏ ਇਹਨਾਂ ਨੇ ਇਹ ਜਿਹੜਾ ਵਰਕ ਆ ਟੇਲ ਆਫ ਟੱਬ ਲਿਖਿਆ ਤੇ ਇਹਦਾ ਆਲੋਚਨਾ ਬਹੁਤ ਹੋਈ ਪਰ ਐਟ ਦਾ ਐਂਡ ਹੌਲੀ ਹੌਲੀ ਜਦੋਂ ਸਮਝ ਆਈ ਹੈ ਨਾ ਮਤਲਬ ਕਿਉਂਕਿ ਜਿਹੜੀਆਂ ਚੰਗੀਆਂ ਕਿਤਾਬਾਂ ਹੁੰਦੀਆਂ ਬਹੁਤ ਪਹਿਲੀ ਵਾਰ ਜਾਂ ਦੂਜੀ ਵਾਰ ਪੜ੍ਹ ਕੇ ਨਹੀਂ ਸਮਝ ਆਉਂਦੀਆਂ ਹੌਲੀ ਹੌਲੀ ਸਮਝ ਆਉਂਦੀ ਹੈ ਜਦੋਂ ਨੂੰ ਹੌਲੀ ਹੌਲੀ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋਈਆਂ ਤਾਂ ਜਿਹੜਾ ਸੌਟ ਆਊਟ ਹੋਇਆ ਮੁੱਦਾ ਹੈ ਨਾ ਤੇ ਇਹਦੇ ਤਿੰਨ ਬ੍ਰਦਰ ਹੁੰਦੇ ਆ ਉਹਨਾਂ ਦੀ ਕਹਾਣੀ ਆ ਦੇਖਦੇ ਆ ਕੀ ਅੱਗੇ ਆਜੋ ਦੋਸਤੋ ਦਾ ਟੇਲ ਇਜ਼ ਐਨ ਐਗਰੀਕਲ ਸਟੋਰੀ ਕੀ ਹੈ ਜੀ ਐਗਰੀਕਲ ਸਟੋਰੀ ਆ ਆਫ 3 ਬ੍ਰਦਰਸ ਤਿੰਨ ਭਾਈਆਂ ਦੀ ਜਿਹੜੇ ਹੈਗੇ ਪੀਟਰ ਮਾਰਟਿਨ ਜੈਕ ਯਾਦ ਰੱਖਿਓ ਜੀ ਹੈ ਪੀਟਰ ਮਾਰਟਿਨ ਜੈਕ ਪੀਟਰ ਮਾਰਟਿਨ ਜੈਕ ਤਿੰਨ ਭਰਾ ਨੇ ਪੀਟਰ ਸਿੰਬੋਲਾਈਜ਼ਸ ਰੋਮਨ ਕੈਥੋਲਿਕ ਚਰਚ ਰੋਮਨ ਕੈਥੋਲਿਕ ਚਰਚ ਰੋਮ ਦੀ ਜਿਹੜੀ ਚਰਚ ਹੈਗੀ ਆ ਉਹਨੂੰ ਰਿਪਰੈਜ਼ੈਂਟ ਕੌਣ ਕਰਦੇ ਨੇ ਪੀਟਰ ਮਾਰਟਿਨ ਕਿਹਨੂੰ ਸਿੰਬੋਲਾਈਜ਼ ਕਰਦਿਆ ਐਂਗਲਿਕਨ ਚਰਚ ਨੂੰ ਹਨਾ ਜਿਹੜੀ ਮਾਰਟਿਨ ਲੂਥਰ ਦੀ ਜਿਹੜੀ ਚਰਚ ਹੈਗੀ ਆ ਜੈਕ ਇਹ ਹੈਗਾ ਜੀ ਫਰੋਮ ਜੌਨ ਕੈਲਵਿਨ ਸਿੰਬੋਲਾਈਜ਼ ਕਿਨੂੰ ਕਰਦਿਆ ਡਿਸੈਂਟਰਸ ਨੂੰ ਹਨਾ ਸੋ ਔਨ ਹਿਸ ਡੈਥ ਬੈਡ देयर ਫਾਦਰ ਗਿਵਸ ਈਚ ਆਫ ਦੈਮ ਅ ਨਿਊ ਕੋਟ ਜਦੋਂ ਇਹ ਤਿੰਨੇ ਭਰਾ ਇਹਨਾਂ ਦੇ ਫਾਦਰ ਦੀ ਡੈਥ ਹੁੰਦੀ ਆ ਤਾਂ ਉਹ ਇੱਕ ਕੋਟ ਦਿੰਦੇ ਆ ਇਹਨਾਂ ਨੂੰ ਹਨਾ ਨਿਊ ਕੋਟ that is guaranteed to last a large time ਜਿਹਦੀ ਗਰੰਟੀ ਸੀ ਕਿ ਇਹ ساری ਉਮਰ ਖਰਾਬ ਨਹੀਂ ਹੋਣਾ ギਵਨ ਦਾ ਪ੍ਰੋਪਰ ਕੇਅਰ ਜੇ ਤੁਸੀਂ ਇਹਨੂੰ ਪ੍ਰੋਪਰ ਧਿਆਨ ਨਾਲ ਰੱਖੋਗੇ ਹਨਾ ਤਾਂ ਹੁਣ ਅੱਗੇ ਦੇਖਦੇ ਆਪਾਂ ਇਹ ਰਿਪਰੈਜੈਂਟੇਸ਼ਨ ਸੀਗੀਆਂ ਜਿਹਦੇ ਥਰੂ ਧਰਮ ਨੂੰ ਮਤਲਬ ਉਹ ਕਾਫੀ ਰਾਈਟਰਸ ਨੇ ਜਿਹੜਾ ਅੱਗੇ ਲਿਆਂਦਾ ਵੀ ਧਰਮ ਚਾਹ ਹੋਣਾ ਚਾਹੀਦਾ ਗਲਤ ਚੱਲ ਰਿਹਾ ਹਨਾ ਤਾਂ ਫਾਦਰ ਸੀ ਜਿਹੜਾ ਉਹ ਕਿਹਨੂੰ ਰਿਪਰੈਜੈਂਟ ਕਰਦਾ ਸੀ ਕ੍ਰਾਈਸਟ ਜੰ ਪੀਟਰ ਮਾਰਟਿਨ ਤੇ ਜੈਕ ਅਲੱਗ-ਅਲੱਗ ਚੀਜ਼ਾਂ ਨੂੰ ਧਰਮ ਨੂੰ ਚਰਚਸ ਨੂੰ ਰਿਪਰੈਜ਼ੈਂਟ ਕਰਦੇ ਸੀ ਫਾਦਰ ਜਿਹੜਾ ਹੈਗਾ ਟੇਲ ਆਫ ਕੱਪ ਦੇ ਵਿੱਚ ਇਹਨੂੰ ਰਿਪਰੈਜ਼ੈਂਟ ਕਰਦਾ ਸੀ ਕ੍ਰਾਈਸਟ ਨੂੰ ਵਿਲ ਜਿਹੜੀ ਹੈਗੀ ਆ ਉਹਦਾ ਬਾਈਬਲ ਨੂੰ ਕੋਟ ਜਿਹੜਾ ਸੀਗਾ ਉਹ 크੍ਰਿਸਚੀਅਨ ਫੇਥ ਉਹ ਕਹਿੰਦੇ ਸੀ ਵੀ ਜੇ ਇਸ ਕੋਟ ਨੂੰ ਮੀਨਸ ਕ੍ਰਾਈਸਟ ਜਿਹੜਾ ਸਾਡੇ ਧਰਮ ਦਾ ਫੇਥ ਆ ਜੇ ਉਹਨੂੰ ਤੁਸੀਂ ਪ੍ਰੋਪਰ ਕੇਅਰ ਦਿਓਗੇ ਤਾਂ ਲਾਈਫ ਟਾਈਮ ਉਹਨੇ ਤੁਹਾਨੂੰ ਵਧੀਆ ਜ਼ਿੰਦਗੀ ਦੇਣੀ ਆ ਤੇ ਜੇ ਆਪਾਂ ਧਰਮ ਚ ਮਤਲਬ ਛੇੜਛਾੜ ਕਰਾਂਗੇ ਤਾਂ ਉਹ ਮਤਲਬ ਉਸ ਤਰ੍ਹਾਂ ਨਹੀਂ ਆਪਾਂ ਨੂੰ ਆਉਟਪੁੱਟ ਦੇਵੇਗਾ ਹਨ ਤਾਂ ਧਾਰਮਿਕ ਛੇੜਛਾੜ ਜਿਹੜੀ ਹੈਗੀ ਆ ਉਹ ਖਤਰਾ ਸਮਾਜ ਲਈ ਸੋ ਅਕੋਰਡਿੰਗ ਟੂ ਡਾਕਟਰ ਐਵੀਗੇਲ ਵਿਲੀਅਮਸ ਦਾ ਸਨਸ ਗ੍ਰੈਜੂਲੀ ਡਿਸਓਬੇ ਹਿਸ ਇਨਸਟਰਕਸ਼ਨ ਐਵੀਗੇਲ ਵਿਲੀਅਮ ਹੈਗੇ ਆ ਉਹ ਕਹਿੰਦੇ ਵੀ ਜਿਹੜੇ ਬੇਟੇ ਆ ਉਹ ਗ੍ਰੈਜੂਲੀ ਡਿਸਓਬੇ ਕਰਨ ਲੱਗ ਜਾਂਦੇ ਆ ਆਪਣੇ ਫਾਦਰ ਦੀ ਜਿਹੜੀ ਹੈਗੀ ਆ ਫਾਦਰ ਮੀਨਸ ਕ੍ਰਾਈਸਟ ਜਿਹੜੇ ਪਰਮਾਤਮਾ ਇਸ ਤਰ੍ਹਾਂ ਵੀ ਬੰਦੇ ਜਿਹੜੇ ਹੈਗੇ ਆ ਸਮਾਜ 'ਚ ਉਹ ਆਪਣੇ ਪਰਮਾਤਮਾ ਦੀਆਂ ਕਈਆਂ ਗੱਲਾਂ ਤੋਂ ਭਟਕ ਜਾਂਦੇ ਆ ਫਾਈਂਡਿੰਗ ਐਕਸਕਿਊਜ਼ਸ ਫੋਰ ਐਡਿੰਗ ਸ਼ੋਲਡਰ ਨੋਟਸ ਉਹ ਕਹਿੰਦੇ ਵੀ ਇੱਥੇ ਫੈਸ਼ਨ ਕਰ ਲਈਏ ਥੋੜਾ ਜਿਹਾ ਹਨਾ ਸ਼ੋਲਡਰ ਤੇ ਕੁਝ ਕੱਟ ਕਰਾ ਕੇ ਲਾਣ ਲੱਗ ਜਾਂਦੇ ਆ ਤੇ 골ਡ ਲੇਸ ਹਨਾ 골ਡ ਦੇ ਲੇਸ ਲਗਵਾਉਣ ਲੱਗ ਜਾਂਦਾ ਮੀਨਸ ਕਿ ਧਰਮ ਨਾਲ ਛੇੜਛਾੜ ਕਰਨ ਲੱਗ ਜਾਂਦੇ ਆ ਕੋਟ ਨੂੰ ਅ ਧਰਮ ਨੂੰ ਇੱਕ ਪ੍ਰਵੇਲਿੰਗ ਜਿਹੜਾ ਫੈਸ਼ਨ ਹੁੰਦਾ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਜਿਹੜਾ ਸਥਿਰ ਨਹੀਂ ਆ ਉਹਦੇ ਅਕੋਰਡਿੰਗ ਉਹਨੂੰ ਚੇਂਜ ਕਰਨਾ ਚਾਹੁੰਦੇ ਪਰ ਧਰਮ ਅ ਇੱਕ ਸ਼ਰਧਾ ਦਾ ਮਸਲਾ ਹੈਗਾ ਤੇ ਧਰਮ ਦੀਆਂ ਜਿਹੜੀਆਂ ਬੁੱਕਸ ਨੇ ਉਹ ਟੌਪ ਮੋਸਟ ਜਿਹੜੀ ਇੰਟੈਲੈਕਚੁਅਲ ਸੈਂਸ ਉਹਨਾਂ ਦੀ ਹੈਗੀ ਆ ਰਿਲੇਟਡ ਜਿਹੜੇ ਸੀਐਨਸ ਉਹਨਾਂ ਨੇ ਲਿਖੀਆਂ ਤਾਂ ਉਹ ਉੱਚ ਜਿਆਦਾ ਕੋਈ ਸਪੇਸ ਉਹਨਾਂ ਨੇ ਛੱਡੀ ਨਹੀਂ ਕਿ ਬੰਦੇ ਨੂੰ ਜਿਹੜੀ ਮਤਲਬ ਨੌਲੇਜ ਆ ਉਹ ਚ ਕੋਈ ਕਮੀ ਰਹਿ ਗਈ ਹੋਵੇ ਲਿਖਣ ਚ ਅੱਗੇ ਦੇਖਦੇ ਆਂ ਜੀ ਤਿੰਨ ਭਰਾ ਹੁੰਦੇ ਆ ਮਾਰਟਿਨ ਤੇ ਜੈਕ ਇਹ ਕੀ ਕਰਦੇ ਆ ਕੁਐਰਲ ਵਿਦ ਐਰੋਗੈਂਟ ਪੀਟਰ ਪਹਿਲਾ ਹੀ ਜਿਹੜਾ ਹੁੰਦਾ ਪੀਟਰ ਮਾਰਟਿਨ ਜੈਕ ਹੁੰਦੇ ਨਾ ਮਾਰਟਿਨ ਤੇ ਜੈਕ ਪੀਟਰ ਨਾਲ ਲੜਨ ਲੱਗ ਜਾਂਦੇ ਕਿਉਂਕਿ ਉਹ ਐਰੋਗੈਂਟ ਹੁੰਦਾ ਤੇ ਪੀਟਰ ਰਿਪਰੈਜ਼ੈਂਟ ਕਰਦਾ ਦਾ ਰਿਫਾਰਮੇਸ਼ਨ ਐਂਡ ਦੈਨ ਵਿਦ ਈਚ ਅਦਰ ਤੇ ਫਿਰ ਜੈਕ ਤੇ ਮਾਰਟਿਨ ਇੱਕ ਦੂਜੇ ਨਾਲ ਲੜਨ ਲੱਗ ਜਾਂਦੇ ਆ split between anglicanism and puritanism and then separates as separate ho jande ya jimmey uh, ah jehda christian dharm si oh de vich to catholics te anglicans alag alag ho gaye oh gall inna ne kari ya haan te us to baad the tale presents the consistent style of religious excess dharm da vadda hunda janda oh nu dikhaya while degradations are a series of parodies of contemporary writing te oh de vich gravat vi aundi ja rahi hai in literature politics ਥੀਓਲੋਜੀ ਬਿਬਲਿਕਲ ਐਕਸੈਸਸਸ देन ਮੈਡੀਸਨ ਠੀਕ ਹੈ ਜੀ ਨੈਕਸਟ ਵਰਕ ਹੈਗਾ ਦੋਸਤੋ ਨੈਕਸਟ ਵਰਕ ਹੈਗਾ ਦੋਸਤੋ ਦ ਬੈਟਲ ਆਫ ਬੁਕਸ ਬੈਟਲ ਆਫ ਬੁਕਸ ਇਹ ਵੀ ਜਿਹੜਾ ਹੈਗਾ ਟੇਲ ਆਫ ਟੱਬ ਦੇ ਨਾਲ ਹੀ ਪਬਲਿਸ਼ ਹੋਇਆ ਸੀ ਬਹੁਤ ਇੰਪੋਰਟੈਂਟ ਬੁਕਸ ਨੇ ਦੋਵੇਂ ਟੇਲ ਆਫ ਟੱਬ ਦੇ ਨਾਲ ਜਿਹੜਾ ਬੈਟਲ ਆਫ ਬੁਕਸ ਵੀ ਪਬਲਿਸ਼ ਹੋਇਆ 1704 ਦੇ ਵਿੱਚ ਸਵਿਫਟਸ ਬੈਟਲ ਆਫ ਬੁਕਸ ਵਾਸ ਫਰਸਟ ਪਬਲਿਸ਼ਡ ਵਿਦ ਟੇਲ ਆਫ ਟੱਬ ਆ ਦੇਖੋ ਆ ਗਿਆ 1704 ਦੇ ਵਿੱਚ ਦੋਸਤੋ ਬੈਟਲ ਆਫ ਬੁਕਸ ਦਾ ਦੇਖਦੇ ਆਪਾਂ ਕੀ ਥੀਮ ਆ ਇਟ ਇਜ਼ ਅ ਮੌਕ ਹੀਰੋਇਕ ਵਰਕ ਤੇ ਅਮਰਖੋ ਜੀ ਬੈਟਲ ਆਫ ਬੁਕਸ ਮੌਕ ਹੀਰੋਇਕ ਐਪਿਕ ਆਹੇ ਵਰਕ ਦਾ ਡਿਫੈਕਟਸ ਆ ਲਿਟਰਲ ਬੈਟਲ ਬੀਟਵੀਨ ਬੁਕਸ ਬੁਕਸ ਕਿਤਾਬਾਂ ਦੇ ਵਿੱਚ ਜਿਹੜੀ ਹੈਗੀ ਇਹ ਬੈਟਲ ਦਿਖਾਈ ਹੈ ਕਿਤਾਬਾਂ ਚ ਬੈਟਲ ਕਿਵੇਂ ਹੋ ਸਕਦੀ ਹੈ ਦੇਖਦੇ ਆ ਇਨ ਦਾ ਕਿੰਗਸ ਲਾਇਬ੍ਰੇਰੀ ਇੱਕ ਲਾਇਬ੍ਰੇਰੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਕਿੰਗਸ ਲਾਇਬ੍ਰੇਰੀ ਜੇ ਤੁਹਾਨੂੰ ਕੋਈ ਪੁੱਛੇ ਬੈਟਲ ਆਫ ਬੁਕਸ ਦੇ ਵਿੱਚ ਲੜਾਈ ਕਿਹਦੇ ਵਿੱਚ ਆ ਬੁਕਸ ਦੇ ਵਿੱਚ ਹੈ ਨਾ ਕਿਹੜੀ ਲਾਇਬ੍ਰੇਰੀ ਦੇ ਕਿੰਗਸ ਲਾਇਬ੍ਰੇਰੀ ਦੇ ਵਿੱਚ ਤੇ ਸੱਚੀ ਮੁੱਚੀ ਜਿਹੜਾ ਦਾ ਸੇਂਟ ਜੇਮਸ ਪੈਲੇਸ ਐਟ ਦਾ ਟਾਈਮ ਆਫ ਸੇਂਟ ਜੇਮਸ ਪੈਲੇਸ ਹੁੰਦਾ ਜਦੋਂ ਇਹ ਨੋਵਲ ਲਿਖ ਰਿਹਾ ਹੁੰਦਾ ਉਦੋਂ ਜਿਹੜਾ ਹੈਗਾ ਉਹਦੇ ਵਿੱਚ ਮਤਲਬ ਇਹ ਪ੍ਰੈਜ਼ੈਂਸ ਹੈ ਕਿ ਜਿਹੜੇ ਸੇਂਟ ਸੇਂਟ ਜੇਮਸ ਪੈਲੇਸ ਐਟ ਦਾ ਟਾਈਮ ਆਫ ਰਾਈਟਿੰਗ ਜਦੋਂ ਲਿਖਦੇ ਆ ਉਹ ਸੇਂਟ ਜੇਮਸ ਪੈਲੇਸ ਦੇ ਵਿੱਚ ਹੁੰਦੇ ਆ ਠੀਕ ਹੈ ਦੋਸਤੋ ਨੈਕਸਟ ਦੇਖਦੇ ਆ ਸਵਿਫਟ ਰੋਟ ਦਾ ਬੈਟਲ ਆਫ ਬੁਕਸ ਪ੍ਰਾਇਮਰਲੀ ਟੂ ਡਿਫੈਂਡ ਦਾ ਪੋਜੀਸ਼ਨ ਟੇਕਨ ਬਾਈ ਹਿਸ ਪੈਟਰਨ ਤੇ ਬੈਟਲ ਆਫ ਬੁਕਸ ਦੇ ਵਿੱਚ ਕੀ ਹੁੰਦਾ ਪ੍ਰਾਇਮਰਲੀ ਟੂ ਡਿਫੈਂਡ ਦਾ ਪੋਜੀਸ਼ਨ ਟੇਕਨ ਬਾਈ ਹਿਸ ਪੈਟਰਨ ਸਰ ਵਿਲੀਅਮ ਟੈਂਪਲ ਵਿਲੀਅਮ ਟੈਂਪਲ ਦੀ ਜਿਹੜੀ ਪੋਜੀਸ਼ਨ ਉਹਨਾਂ ਨੂੰ ਡਿਫੈਂਡ ਕਰਦੇ ਆ ਉਹ ਇਨ ਦਾ ਪੰਫਲੇਟ ਵਾਰ ਐਟ ਦਾ ਐਂਡ ਆਫ ਦਾ 17th ਸੈਂਚਰੀ ਰਿਗਾਰਡਿੰਗ ਦਾ ਰਾਈਵਲ ਕਲੇਮਸ ਟੂ ਗ੍ਰੇਟਨੈਸ ਆਫ ਮਾਡਰਨਸ ਐਂਡ ਦਾ ਐਂਸ਼ੀਅੰਟਸ ਜਦੋਂ ਜਿਹੜੇ ਰਾਈਵਲ ਆ ਤੇ ਉਹ ਮਾਡਰਨ ਤੇ ਐਂਸ਼ੀਅੰਟ ਦੇ ਤੁਲਨਾ ਕਰ ਰਹੇ ਹੁੰਦੇ ਆ ਟੈਂਪਲ ਜਿਹੜੇ ਇਹਨਾਂ ਦੇ ਮੈਂਟਰ ਕਹਿ ਲਓ ਤੁਸੀਂ ਹਨਾ ਪੈਟਰਨ ਕਹਿ ਲਓ ਹੈਡ ਰਿਟਨ ਉਹਨਾਂ ਨੇ ਲਿਖਿਆ ਐਨ ਐਸਏ ਅਪੋਨ ਐਂਸ਼ੀਅੰਟ ਐਂਡ ਮਾਡਰਨ ਲਰਨਿੰਗ ਵਿਲੀਅਮ ਟੈਂਪਲ ਜਿਹੜੇ ਸਵਿਫਟ ਸਾਹਿਬ ਦੇ ਪੈਟਰਨ ਸੀ ਮਤਲਬ ਜਿਨ੍ਹਾਂ ਨੇ ਮਤਲਬ ਇਹ ਜਿਨ੍ਹਾਂ ਦੀ ਲਾਇਬ੍ਰੇਰੀ ਤੋਂ ਇਹਨਾਂ ਨੇ ਪੜ੍ਹਿਆ ਸੀ ਉਹਨਾਂ ਨੇ ਇੱਕ ਲਿਖਿਆ ਸੀ 에세 अपॉन ਐਂਸ਼ੀਅੰਟ ਐਂਡ ਮਾਡਰਨ ਲਰਨਿੰਗ ਪਹਿਲਾਂ ਵਾਲੀ ਦੇ ਹੋਣ ਵਾਲੀ ਲਰਨਿੰਗ ਚ ਉਹਨੇ ਕੰਪੈਰੀਜ਼ਨ ਟਾਈਪ ਕੀਤਾ ਸੀ ਵੇਅਰ ਹੀ ਹੈਡ ਟ్రਾਈਡ ਟੂ ਪ੍ਰੈਜ਼ੈਂਟ ਐਵੀਡੈਂਸ ਇਨ ਫੇਵਰ ਆਫ ਦਾ ਐਂਸ਼ੀਅੰਟ ਸੋ ਕਹਿੰਦਾ ਜਿਹੜੇ ਐਂਸ਼ੀਅੰਟ ਨੇ ਟੈਂਪਲ ਕਹਿੰਦਾ ਉਹ ਵਧੀਆ ਨੇ ਜੀ ਵਧੀਆ ਲਿਖਦੇ ਸੀ ਹਨ ਇਟ ਵਿਕੈਂਸ ਵਿਦ ਆ ਨੋਟ ਇਹ ਨੋਟ ਨਾਲ ਸ਼ੁਰੂ ਹੁੰਦਾ ਕਿਹੜਾ ਬੈਟਲ ਆਫ ਬੁక్స్ ਜਿਹੜਾ ਹੈਗਾ ਫਰੋਮ ਦਾ ਬੁੱਕ ਸੈਲਰ ਟੂ ਦਾ ਰੀਡਰ ਬੁੱਕ ਸੈਲਰ ਜਿਹੜਾ ਰੀਡਰ ਨੂੰ ਇੱਕ ਲਿਖਤਾ ਉਹਦੇ ਵਿੱਚ ਬੁੱਕ ਦੇ ਵਿੱਚ ਮੀਨਸ ਟੈਲਿੰਗ ਥੈਟ ਰੀਡਰ ਥੈਟ ਇਟ ਰੈਫਰਸ ਟੂ ਅ ਫੇਮਸ ਡਿਸਪਿਊਟ ਅਬਾਊਟ ਐਂਸ਼ੀਐਂਟ ਐਂਡ ਮਾਡਰਨ ਲਰਨਿੰਗ ਸ਼ੁਰੂ ਹੀ ਇੱਥੇ ਹੁੰਦਾ ਫੇਮਸ ਡਿਸਪਿਊਟ ਅਬਾਊਟ ਐਂਸ਼ੀਐਂਟ ਐਂਡ ਮਾਡਰਨ ਲਰਨਿੰਗ ਠੀਕ ਹੈ ਦੋਸਤੋ ਸਰ ਵਿਲੀਅਮ ਟੈਂਪਲ ਹੈ ਟੇਕਨ ਦਾ ਸਾਈਡ ਆਫ ਦਾ ਐਂਸ਼ੀਐਂਟਸ ਵਿਲੀਅਮ ਟੈਂਪਲ ਸਾਹਿਬ ਨੇ ਕਿਹਨਾਂ ਦੀ ਸਾਈਡ ਲਈ ਐਂਸ਼ੀਐਂਟ ਦੀ ਅਗੇਨਸਟ ਚਾਰਲਸ ਬੋਇਲ ਸੋ ਆਈਲ ਚਾਰਲਸ ਬੋਇਲ ਦੇ ਅਗੇਨਸਟ ਜਾ ਕੇ ਮੀਨਸ ਚਾਰਲਸ ਬੋਇਲ ਮਾਡਰਨ ਨੂੰ ਜਿਹੜਾ ਹੈਗਾ ਫੇਵਰ ਕਰਦੇ who had praised the ancient writer phalaris means temples of temples of kinu karde praise phalaris jehde hege uh, writer ancient but Burton and Bentley Bentley koi Burton kidi tare uh, side la lende boil di side la lende dosto ta ode vich kin ki da the, the controversy led to a battle between the books eh hey, jadi controversy a william temple te charles boil di ਤੇ ਜਿਹਦੇ ਨਾਲ ਬੂਟਨ ਤੇ ਬੈਂਟਲੀ ਵੀ ਜੁੜੇ ਹੁੰਦੇ ਆ ਐਂਸ਼ੀਅੰਟ ਤੇ ਮਾਡਰਨ ਦੀ ਜਿਹੜੀ ਲੜਾਈ ਐ ਸੁਪੀਰੀਅਰ ਹੋਣ ਦੀ ਉਹਦੇ ਵਿੱਚ ਇੱਕ ਕੰਟਰੋਵਰਸੀ ਦਿਖਾਈ ਗਈ ਹੈ ਬੈਟਲ ਆਫ ਬੁਕਸ ਹਨ ਦਾ ਕੰਬੈਟ ਇਨ ਦਾ ਬੈਟਲ ਬੈਟਲ ਦੇ ਵਿੱਚ ਕੀ ਆ ਇਜ਼ ਇੰਟਰਪਟਡ ਬਾਈ ਦਾ ਇੰਟਰਪੋਲੇਟਡ ਅਲੇਗਰੀ ਆਫ ਦਾ ਸਪਾਈਡਰ ਐਂਡ ਦਾ ਬੀ ਇਸ ਬੁੱਕ ਦੇ ਵਿੱਚ ਜਿਹੜਾ ਹੈਗਾ ਇੱਕ ਸਪਾਈਡਰ ਤੇ ਬੀ ਦਾ ਜਿਹੜਾ ਮੈਟਾਫਰ ਕਹਿ ਸਕਦੇ ਆ ਉਹ ਦਿਖਾਇਆ ਗਿਆ ਦਾ ਬੀ ਗੈਟਸ ਇਨਟੈਂਜਲਡ ਜਿਹੜੀ ਬੀ ਹੈਗੀ ਆ ਮੱਖੀ ਮਧੂਮੱਖੀ ਕਹਿ ਸਕਦੇ ਆ ਉਹ ਜਾਲ ਦੇ ਵਿੱਚ ਫਸ ਜਾਂਦੀ ਆ ਹਨਾ ਵੈਬ ਆਫ ਅ ਸਪਾਈਡਰ ਸਪਾਈਡਰ ਦੇ ਜਾਲ ਦੇ ਵਿੱਚ ਇਨ ਦਾ ਲਾਇਬਰੀ ਦੇਖੋ ਕਿੰਨੀ ਵਧੀਆ ਤੁਲਨਾ ਕੀਤੀ ਹੋਈ ਹੈ ਇਹਨਾਂ ਨੇ ਹਨਾ ਤੇ ਵੀ ਮੱਖੀ ਜਿਹੜੀ ਹੈਗੀ ਸ਼ਾਇਦ ਦੀ ਉਹ ਜਾਲ ਦੇ ਵਿੱਚ ਫਸ ਜਾਂਦੀ ਆ ਸਪਾਈਡਰ ਦੇ ਵੈਬ ਦੇ ਵਿੱਚ ਲਾਇਬਰੀ ਦੇ ਵਿੱਚ ਅੱਗੇ ਦੇਖਦੇ ਕੀ ਹੁੰਦਾ ਦੀਪਕ ਸਿੰਘ ਸਟੇਟਸ ਦੈਟ ਇਸ ਦੀਪਕ ਸਿੰਘ ਕ੍ਰਿਟਿਕ ਹੋਇਆ ਕੋਈ ਕਹਿੰਦੇ ਆ ਸਵਿਫਟ ਕੰਪੇਅਰਸ ਦਾ ਸਪਾਈਡਰ ਟੂ ਦਾ ਮਾਡਰਨਸ ਜਿਹੜਾ ਸਪਾਈਡਰ ਹੈਗਾ ਉਹ ਮਾਡਰਨ ਨਾਲ ਕੰਪੇਅਰ ਕੀਤਾ ਤੁਹਾਨੂੰ ਕੁਐਸਚਨ ਆਇਆ ਵੀ ਹੋਇਆ ਤੇ ਤੁਹਾਨੂੰ ਆ ਵੀ ਸਕਦਾ ਯਾਦ ਰੱਖਿਓ who spend their scholastic lore out of their own entrails while the bee is like the ancients ਜਿਹੜੀ ਮਧੂਮੱਖੀ ਆ ਉਹ ਕੀ ਆ ਐਂਸ਼ੀਅੰਟ ਵਾਂਗ ਹੈਗੀ ਆ ਤੇ who follow nature ਜਿਹੜੀ ਨੇਚਰ ਨੂੰ ਫੋਲੋ ਕਰਦੀ ਆ ਫੋਰ देयर हनी ਹਣੀ ਵਾਸਤੇ ਹੈਨਾ ਇਹ ਜਿਹੜੇ ਮਾਡਰਨਸ ਹੈਗੇ ਆ ਉਹ ਸਪਾਈਡਰ ਵਾਂਗੂ ਜਾਲਾ ਬਣਾ ਲੈਂਦੇ ਫਿਰ ਉਹਦੇ ਵਿੱਚ ਹੀ ਫਸਦੇ ਰਹਿੰਦੇ ਆ ਹੈਨਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੇ ਦੋਸਤੋ ਨੈਕਸਟ ਹੈਗਾ ਦੋਸਤੋ ਗੁਲੀਵਰਸ ਟ੍ਰੈਵਲਸ ਇਦੇ ਵਾਰ ਅੱਪ ਚਰਚਾ ਕਰਦੇ ਹਾਂ ਕਿ ਗੁਲੀਵਰਸ ਟ੍ਰੈਵਲਸ ਕੀ ਆ ਦੇਖੋ ਤੁਸੀਂ ਇਹਨਾਂ ਮੂਵੀਜ਼ ਵਗੈਰਾ ਵੀ ਦੇਖੀਆਂ ਹੋਣੀਆਂ ਆ ਜਿਹਦੇ ਵਿੱਚ ਗੁਲੀਵਰ ਟ੍ਰੈਵਲਸ ਦੇ ਉੱਪਰ ਬਾਲੀਵੁੱਡ ਦੇ ਵਿੱਚ ਵੀ ਹਾਲੀਵੁੱਡ ਦੇ ਵਿੱਚ ਵੀ ਮੂਵੀਜ਼ ਬਣੀਆਂ ਨੇ ਨੈਕਸਟ ਸਵਿਫਟਸ ਗੁਲੀਵਰ ਟ੍ਰੈਵਲਸ ਅ ਵਰਕ ਆਫ ਸੋਸ਼ਲ ਐਂਡ ਪੋਲੀਟੀਕਲ ਸਟਾਇਰ ਸਮਾਜਿਕ ਤੇ ਰਾਜਨੀਤਿਕ ਜਿਹੜਾ ਹੈਗਾ ਵਿਅੰਗ ਆ ਇਹ which was written in 1725 1725 ਦੇ ਵਿੱਚ ਲਿਖਿਆ ਗਿਆ ਪਬਲਿਸ਼ਡ ਔਨ 28th ਆਫ ਅਕਟੋਬਰ 1726 28 ਅਕਤੂਬਰ 1726 ਨੂੰ ਜਿਹੜਾ ਪਬਲਿਸ਼ ਹੋ ਜਾਂਦਾ ਹੈ ਜੌਨ ਗੇ ਸਾਹਿਬ ਨੇ ਇੱਕ ਉਹ ਕੀ ਕਹਿੰਦੇ ਨੇ ਇਟ ਇਜ਼ ਯੂਨੀਵਰਸਲੀ ਰੈਡ ਇਹ ਜਿਹੜਾ ਹੈਗਾ ਕਿਹੜਾ ਗੁਲੀਵਰ ਟਰੈਵਲ ਹੈ ਸਾਰੀ ਦੁਨੀਆ ਚ ਪੜਿਆ ਗਿਆ ਫਰੋਮ ਦਾ ਕੈਬਿਨੇਟ ਕਾਉਂਸਲ ਮੰਤਰੀਆਂ ਮੰਤਰੀਆਂ ਤੋਂ ਲੈ ਕੇ ਤੇ ਨਰਸਰੀ ਕਲਾਸ ਵਾਲੇ ਬੱਚਿਆਂ ਤੱਕ ਵੀ ਪੜਿਆ ਗਿਆ ਹੈ ਨਾ ਇੰਨਾ ਫੇਮਸ ਵਰਕ ਸੀ ਇਟ ਵਾਸ ਕੰਟਰੋਵਰਸ਼ੀਅਲ ਵਰਕ ਵੈਨ ਇਟ ਵਾਸ ਫਸਟ ਪਬਲਿਸ਼ਡ ਜਦੋਂ ਇਹ ਪਬਲਿਸ਼ ਹੋਇਆ ਤਾਂ ਬਹੁਤ ਕੰਟਰੋਵਰਸੀ ਹੋਈ ਤੇ ਤੇ ਇਹਨੂੰ ਵੀ ਕੀ ਕਿਹਾ ਜਾਂਦਾ ਫੈਂਟਸੀ ਬੁੱਕ ਵੀ ਕਿਹਾ ਜਾਂਦਾ ਇਹਨੂੰ ਗੁਲੀਵਰ ਟ੍ਰੈਵਲਸ ਨੂੰ ਹਨ ਇਟ ਵਾਸ ਨਾਟ ਅੰਟਿਲ ਆਲਮੋਸਟ 10 ইয়ার্স আফটার দা ফার্স্ট প্রিন্টিং ਪਹਿਲੀ ਪ੍ਰਿੰਟਿੰਗ ਤੋਂ 10 ਸਾਲ ਬਾਅਦ ਤੱਕ ਦਾ ਕਿ ਬੁੱਕ ਅਪੀਅਰਡ ਵਿਦ ਦਾ ਇੰਟਾਇਰ ਟੈਕਸਟ ਪੂਰੇ ਟੈਕਸਟ ਦੇ ਰੂਪ ਦੇ ਵਿੱਚ ਬੁੱਕ ਨਹੀਂ ਸੀ ਆਈ ਮਾਰਕੀਟ ਦੇ ਵਿੱਚ ਦੈਟ ਸਵਿਫਟ ਹੈਡ originally intended ਟੂ ਹੈਵ ਜਿਹੜੀ ਉਹ ਇੰਟੈਂਡ ਉਹਨਾਂ ਨੇ ਕਿਹਾ ਸੀ ਕਿ ਮੈਂ ਪਬਲਿਸ਼ ਕਰੂੰਗਾ ਹਨਾ ਮਤਲਬ ਇਸ ਤਰ੍ਹਾਂ ਦੀ ਬੁੱਕ ਸੀ ਸਵਿਫਟ ਹਿਮਸੈਲਫ ਕਲੇਮਡ ਉਹ ਆਪਣੇ ਆਪ ਕਹਿੰਦੇ ਸੀ ਦੈਟ ਹੀ ਰੋਟ ਗੁਲੀਵਰਸ ਟ੍ਰੈਵਲਸ ਕਿ ਉਹਨਾਂ ਨੇ ਗੁਲੀਵਰ ਟ੍ਰ ਟੂ ਵੈਕਸ ਦਾ ਵਰਲਡ ਰਾਦਰ ਦੈਨ ਟੂ ਡਾਇਵਰਟ ਇਟ ਗੁਲੀਵਰ ਟਰੈਵਲ ਬੁੱਕ ਦੇ ਬਾਰੇ ਜੋਨਾਥਨ ਸਵਿਫਟ ਖੁਦ ਕਹਿੰਦੇ ਆ ਕਿ ਜਿਹੜਾ ਮੈਂ ਗੁਲੀਵਰ ਟਰੈਵਲਸ ਲਿਖਿਆ ਇਹ ਕਾਦੇ ਵਾਸਤੇ ਲਿਖਿਆ ਟੂ ਵੈਕਸ ਦਾ ਵਰਲਡ ਰਾਦਰ ਦੈਨ ਟੂ ਡਾਇਵਰਟ ਇਟ ਕਿ ਸਮਾਜ ਨੂੰ ਇੱਕ ਦਿਸ਼ਾ ਦੇਣ ਵਾਸਤੇ ਲਿਖਿਆ ਹਨਾ ਇਹ ਤੁਹਾਨੂੰ ਸਿੱਧਾ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਵੀ ਹੈ ਤੇ ਆ ਵੀ ਸਕਦਾ ਅੱਗੇ ਟੂ ਵੈਕਸ ਦਾ ਵਰਲਡ ਰਾਦਰ ਦੈਨ ਟੂ ਡਾਇਵਰਟ ਇਟ ਕਿਨੇ ਲਿਖਿਆ ਕਿਹੜੀ ਬੁੱਕ ਦੇ ਵਿੱਚ ਹਨਾ ਜਾਂ ਕਿਹੜੀ ਬੁੱਕ ਦੇ ਬਾਰੇ ਲਿਖਿਆ ਸੋ ਇਹਦਾ ਪ੍ਰੋਟਾਗੋਨਿਸਟ ਕਿਹੜਾ ਜੀ ਗੁਲੀਵਰ ਟਰੈਵਲ ਦਾ ਕੈਪਟਨ ਲੇਮਵਲ ਗੁਲੀਵਰ ਨਰੇਟਸ ਐਂਡ ਸਪੀਕਸ ਕੈਪਟਨ ਲੇਮਵਲ ਗੁਲੀਵਰ ਆ ਜਿਹੜਾ ਉਹ ਹੀ ਪ੍ਰੋਟਾਗੋਨਿਸਟ ਆ ਤੇ ਉਹ ਹੀ ਨਰੇਟ ਕਰਦਾ ਉਹ ਹੀ ਸਪੀਕ ਕਰਦਾ ਬੋਲਦਾ ਡਾਇਰੈਕਟਲੀ ਟੂ ਦਾ ਰੀਡਰ ਫਰੋਮ ਹਿਸ ਓਨ ਐਕਸਪੀਰੀਅੰਸ ਆਪਣੇ ਤਜਰਬਿਆਂ ਤੋਂ ਇਹ ਗੱਲਾਂ ਯਾਦ ਰੱਖੋ ਛੋਟੀਆਂ ਗੱਲਾਂ ਨੇ ਪਰ ਪੇਪਰ 'ਚ ਆ ਜਾਂਦੀਆਂ ਸਭੀਆਂ ਆਪਾਂ ਸੋਚਦੇ ਆਂ ਕੀ ਪੜੀ ਜਾਂਦੇ ਆ ਯਾਰ ਇਹੀ ਪੇਪਰ 'ਚ ਆ ਜਾਂਦਾ ਮਜ਼ੇਦਾਂ ਅੱਗੇ ਦੇਖੋ ਸਵਿਫਟ ਯੂਜ਼ਸ ਗੁਲੀਵਰਸ ਜਰਨੀ ਟੂ ਵੇਰੀਅਸ ਲੈਂਡਸ ਸਵਿਫਟ ਜਿਹੜਾ ਹੈਗਾ ਗੁਲੀਵਰ ਦੀ ਜਿਹੜੀ ਜਰਨੀ ਆ ਹਨਾ ਉਹ ਯਾਤਰਾ ਤੇ ਜਾਂਦਾ ਉਹਨੂੰ ਡਿਸਕ੍ਰਾਈਬ ਕਰਦਾ ਐਜ਼ ਦਾ ਬੈਕਡ੍ਰੌਪ ਫੋਰ ਹਿਸ ਟਾਇਰ ਆਪਣੇ ਟਾਇਰ ਦੇ ਨੂੰ ਜਿਹੜਾ ਹੈਗਾ ਦਿਖਾਉਣ ਲਈ ਹਨਾ ਗੁਲੀਵਰ ਐਮਬਾਰਕਸ ਔਨ ਫੋਰ ਡਿਸਟਿੰਕਟ ਜਰਨੀਸ ਤੁਹਾਨੂੰ ਪੁੱਛਿਆ ਜਾ ਸਕਦਾ ਗੁਲੀਵਰ ਕਿੰਨੀਆਂ ਜਰਨੀਸ ਤੇ ਜਾਂਦਾ ਤੁਸੀਂ ਕਹੋਗੇ ਜੀ ਚਾਰ ਜਰਨੀਸ ਤੇ ਹਨਾ ਕਿੱਥੇ ਕਿੱਥੇ ਇਹ ਵੀ ਪੁੱਛਿਆ ਜਾ ਸਕਦਾ ਟੂ ਲਿਲੀਪੁੱਟ ਪਹਿਲੀ हां ये हुंदी है फिर हुंदी है ब्रोब डिंगनेक फिर हुंदे लैपुटा ज्यादातर लैपुटा ही हुंदी है बाकी ਇਹਦੇ ਵਿੱਚ ਹੋਰ ਜਿਹੜੇ ਛੋਟੇ ਮੋਟੇ ਟਾਪੂ ਆਉਂਦੇ ਆ ਹਨਾ ਇਹ ਤੁਸੀਂ ਆਪ ਹੀ ਪੜ ਲਿਓ जापान ਦੇ ਵਿੱਚ ਉਹ ਦਾ ਕੰਟਰੀ ਆਫ ਦਾ ਲਾਸਟ ਦੀ ਚੌਥੀ ਉਹਨਾਂ ਦੀ ਜਰਨੀ ਹੈਗੀ ਹੈ ਉਹ ਥ्रू द कंट्री ऑफ ਹਾਉ ਹਨਮਸ ਇਹ ਤੁਸੀਂ ਪਰਨੰਸੀਏਸ਼ਨ ਵਗੈਰਾ ਦਾ ਚੈੱਕ ਕਰੀ ਜਾਓ ਆਪ ਹੀ ਆਪਣਾ ਕੰਮ ਆ ਤੁਹਾਨੂੰ ਦੱਸਣਾ ਰੱਟੇ ਤੁਸੀਂ ਲਾਉਣੇ ਆ ਦੋਸਤੋ ਦਾ ਹਾਂ ਰੱਟੇ ਨਹੀਂ ਕੱਲੇ ਸਮਝਣਾ ਵੀ ਆ ਬਟ ਦ ਥਿੰਗ ਇਜ਼ ਕਿ ਯਾਦ ਤਾਂ ਦੇਖੋ ਰੱਖਣਾ ਹੀ ਪੈਣਾ ਹਨਾ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਪਹਿਲੀ ਜਰਨੀ ਜਿੱਥੇ ਲੇਲੀਪੁੱਟ ਜਿਹੜਾ ਆਪਾਂ ਬੱਚਿਆਂ ਲਈ ਹਨਾ ਕਲੋਥਸ ਵਗੈਰਾ ਲੈਣੇ ਆ ਲੇਲੀਪੁੱਟ ਦੇ ਉਹ ਤੋਂ ਤੁਸੀਂ ਆਈਡੀਆ ਲਾ ਲਓ ਛੋਟੇ ਬੱਚਿਆਂ ਦੇ ਕੱਪੜੇ ਲੈਣੇ ਆ ਤਾਂ ਦੇਖਦੇ ਆਂ ਤਾਂ ਲੇਲੀਪੁੱਟ ਹੀ ਅਨਸਾਰ ਸਮਾਲ ਛੋਟੇ ਹੁੰਦੇ ਆ ਜਿੱਥੇ ਜਾਂਦਾ ਸੀ ਉਹ ਯਾਤਰਾ ਤੇ ਬਟ ਫੁੱਲ ਆਫ ਸੈਲਫ ਇੰਪੋਰਟੈਂਸ ਆਪ ਦੇਮ ਨੂੰ ਇੰਪੋਰਟੈਂਸ ਬਹੁਤ ਦਿੰਦੇ ਆ ਉਹ ਜਿਵੇਂ ਬੱਚੇ ਕਹਿੰਦੇ ਵੀ ਮੇਰੀ ਜਿੱਦ ਹੁਣੀ ਪੂਰੀ ਕਰੋ ਹਨਾ ਦੇ ਰਿਪਰਿਜ਼ੈਂਟ ਇੰਗਲਿਸ਼ ਦਾ ਇੰਗਲਿਸ਼ ਉਹ ਇੰਗਲੈਂਡ ਵਾਲੇ ਕਹਿੰਦੇ ਆ ਵੀ ਅਸੀਂ ਸਭ ਤੋਂ ਘੈਂਟ ਆ ਜਿੱਦ ਅੱਜ ਵੀ ਕਹੀ ਜਾਂਦੇ ਆ ਪਤਾ ਨਹੀਂ ਹੈਗੇ ਆ ਉਹਦਾ ਪਤਾ ਨਹੀਂ ਤੇ ਉਸ ਤੋਂ ਬਾਅਦ ਦੇਖੋ ਦੋਸਤੋ ਦਾ ਬ੍ਰੌਬ ਡਿਗਨੇਗIANS ਆਰ ਫਿਜ਼ਿਕਲੀ ਅ ਲੋਟ ਲਾਰਜਰ ਦੈਨ ਗੁਲੀਵਰ ਇਹ ਉਹ ਤੋਂ ਬਹੁਤ ਵੱਡੇ ਹੁੰਦੇ ਆ ਗੁਲੀਵਰ ਤੋਂ ਉਹ ਛੋਟੇ ਹੁੰਦੇ ਆ ਲੇਲੀਪੁਟIANS ਤੇ ਬ੍ਰੌਬ ਡਿਗਨੇਗIANS ਇਹ ਤੋਂ ਬਹੁਤ ਵੱਡੇ ਹੁੰਦੇ ਆ ਹਾਊਏਵਰ ਦੇ ਆਰ ਲੈਸ ਥ੍ਰੈਟਨਿੰਗ ਦੈਨ ਦਾ ਸਮਾਲ ਲੇਲੀਪੁਟIANS ਛੋਟੇ ਛੋਟੇ ਲੇਲੀਪੁਟIANS ਤੋਂ ਘੱਟ ਡਰਾਣੇ ਹੁੰਦੇ ਆ ਇਹ ਉਹ ਉਹਨਾਂ ਤੋਂ ਜ਼ਿਆਦਾ ਡਰ ਲੱਗਦਾ ਅੱਗੇ ਦੇਖਦੇ ਆਂ ਦੋਸਤੋ they do not have gunpowder as they do not see the point of it and the king is upset at gulliver's description of europe considering europeans to be violent te jada kinga europe da o is karke gulliver te yani ke o hunda ke gulliver jada hega europeans nu violent dasda ha na next laputians hege jede are obsessed with knowledge innu knowledge bahut aa and spend a great deal of time studying padan vich bahut jada hega ਸਮਾਪਤੀਤ ਕਰਦੇ ਬਟ ਫੇਲਡ ਟੂ ਪ੍ਰੋਡਿਊਸ ਐਨੀਥਿੰਗ ਆ ਪ੍ਰੋਡਕਟਿਵ ਕੁਛ ਵੀ ਪ੍ਰੋਡਕਟਿਵ ਨਹੀਂ ਪੈਦਾ ਕਰ ਸਕਦੇ ਉਦਾਂ ਜਿਹੜਾ ਹੈਗਾ ਫੇਲਡ ਟੂ ਪ੍ਰੋਡਿਊਸ ਐਨੀਥਿੰਗ ਪ੍ਰੋਡਕਟਿਵ ਜੇ ਤੁਹਾਨੂੰ ਕੋਈ ਪੁੱਛੇ ਤਾਂ ਲੈਪਰੋਟਿਅਨਸ ਆ ਜਿਹੜੇ ਬਹੁਤ ਪੜਦੇ ਆ ਨੌਲੇਜ ਵੀ ਬਹੁਤ ਆ ਪਰ ਰਿਜ਼ਲਟ ਜ਼ੀਰੋ ਆ ਜੀ ਅੱਗੇ ਹਾਊ ਹਨਮਸ ਇਹ ਕਿਹੜੇ ਆ ਰਿਪਰਿਜ਼ੈਂਟ ਸਕਸੈਸਫੁਲ ਸੋਸਾਇਟੀ ਇਹ ਸਕਸੈਸ ਨੇ ਬਿਲਕੁਲ ਹਨਾ ਸਮਾਜ ਇਸ ਸਕਸੈਸਫੁਲ ਆ ਵਿਚ ਬੈਨੀਫਿਟਸ ਆਲ ਆਫ ਦਾ ਹਾਊ ਹਨਮਸ ਐਂਡ ਕਨਸੀਡਰ ਥੈਮ ਆਲ ਇਕੁਅਲ ਤੇ ਸਾਰਿਆਂ ਨੂੰ ਇਕਵਲ ਸਮਝਦੇ ਆ ਤਾਂ ਇਹ ਸੋਸਾਇਟੀ ਜਿਆਦਾ ਵਧੀਆ ਤੇ ਇੱਕ ਹੋਰ ਬੰਦੇ ਵਿੱਚ ਆਇਸੀ ਉਹਨ ਦਾ ਅਦਰ ਹੈ ਨਾ ਜਾਹੂਜ਼ ਯਾਹੂਜ਼ ਤੁਸੀਂ ਸ਼ਮਿਕਪੁਰ ਸਾਹਿਬ ਦਾ ਇੱਕ ਬਹੁਤ ਪੁਰਾਣਾ ਅਮਰੀਕਨ ਜੰਗਲੀ ਜਾਂ ਸਮਥਿੰਗ ਇਦਾਂ ਕੁਝ ਫਿਲਮ ਦਾ ਨਾਮ ਸੀ ਨਹੀਂ ਫਿਲਮ ਦਾ ਨਾਮ ਸੀ ਜਾਂ ਪਤਾ ਨਹੀਂ Song ਦਾ ਨਾਮ ਸੀ ਉਹਦੇ ਵਿੱਚ ਹੁੰਦਾ ਚਾਹੇ ਕੋਈ ਮੁੰਡਾ ਜੰਗਲੀ ਕਵੇ ਲਾਈਕ ਦੈਟ ਹੈ ਨਾ ਰਿਪਰਿਜ਼ੈਂਟਸ ਆਈਈ ਬੈਡ ਵਿਦ ਹਿਊਮਨ ਬੀਇੰਗਸ ਐਜ਼ ਦੇ ਆਰ ਅਨਸਿਵਲਾਈਜ਼ਡ ਗਰੀਡੀ ਐਂਡ ਵਾਇਲੈਂਟ ਇਹਨਾਂ ਨੂੰ ਗਰੀਡੀ, ਵਾਇਲੈਂਟ ਤੇ ਅਨਸਿਵਲਾਈਜ਼ਡ ਕਿਹਾ ਗਿਆ ਯਾਹੂਜ਼ ਨੂੰ ਜਿਵੇਂ ਉਹ ਕਹਿੰਦੇ ਆ ਯਾਹੂ ਚਾਹੇ ਕੋਈ ਜੰਗਲੀ ਕਾ ਮੇ ਵੀ ਕਿਸੇ ਨੇ ਨੋਵਲ ਪੜ੍ਹਿਆ ਹੋਵੇ ਬਾਲੀਵੁੱਡ ਵਾਲੇ ਸੰਗੀਤ ਜਾਂ ਗੀਤਕਾਰ ਨੇ ਤੇ ਉਹਨਾਂ ਨੇ ਲਿਖਤਾ ਹੋਵੇ ਇਦਾਂ ਹੀ ਲਿਖੇ ਜਾਂਦੇ ਆ ਜੀ ਗੀਤ ਅੱਗੇ ਦੇਖਦੇ ਆ ਦੋਸਤੋ ਨੈਕਸਟ ਵੈਰੀ ਇੰਪੋਰਟੈਂਟ ਦਾ ਮੋਡੇਸਟ ਪ੍ਰਪੋਜ਼ਲ ਸਵਿਫਟਸ ਮੋਡੇਸਟ ਪ੍ਰਪੋਜ਼ਲ ਪਬਲਿਸ਼ਡ ਇਨ 1729 ਇਨ ਰਿਸਪਾਂਸ ਟੂ ਵਰਸਨਿੰਗ ਕੰਡੀਸ਼ਨਸ ਇਨ ਆਇਰਲੈਂਡ ਦੇਖੋ ਦਿਸਪੌਂਸ ਕਾਦੇ ਲਈ ਸੀ ਵਰਸਨਿੰਗ ਕੰਡੀਸ਼ਨਸ ਇਨ ਆਇਰਲੈਂਡ ਰੌਲਾ ਕੀ ਸੀ ਉਹੀ ਐਂਗਲਿਕਨਿਜ਼ਮ ਤੇ ਕੈਥੋਲਿਕਿਜ਼ਮ ਵਾਲਾ ਅਮੰਗ ਦਾ ਮੋਸਟ ਸਵੇਅਰੈਸਟ ਐਂਡ ਮੋਸਟ ਸਕੈਥਿੰਗ ਆਵ ਆਲ ਸਵਿਫਟਸ ਪੈਂਫਲੇਟਸ ਤੇ ਜਿਹੜੇ ਪੰਮਫਲੇਟ ਲਿਖਦਾ ਸੀ ਉਹ ਤੋਂ ਮਤਲਬ ਬੜਾ ਖਤਰਨਾਕ ਸੀ ਇਹ ਬਹੁਤ ਵਧੀਆ ਗੱਲਾਂ ਇਹਨੇ ਕਹੀਆਂ ਹਨ ਕੀ ਕਹੀਆਂ ਦੇਖਦੇ ਆ ਕੰਪਲੀਟ ਟਾਈਟਲ ਆਫ ਦਾ ਵਰਕ ਇਹਦਾ ਪੂਰਾ ਟਾਈਟਲ ਕੀ ਸੀ ਪੇਪਰ 'ਚ ਪੁੱਛਿਆ ਨਹੀਂ ਜਾਊਗਾ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਪਰ ਫਿਰ ਵੀ ਪੁੱਛ ਲਵੇ ਤਾਂ ਆਪਾਂ ਕੀ ਕਹਿਣਾ a modest proposal for preventing the children of poor people in ireland ha ve ik var aaya hoya question eh te eh wala question uth likhya gaya si from being a burden on their parents or country and for making them beneficial to public ha na ehda complete title eh aida a modest proposal da a modest proposal jo vi huga it begins with an account of the improvised state of the people of ireland ha na ede naal eh shuru hunda in this work ਸਵਿਫਟ ਜਿਹੜਾ ਹੈਗਾ ਸਟਾਇਰਾਈਜ਼ ਕਰਦਾ ਦਾ ਇੰਗਲਿਸ਼ ਲੈਂਡਲਾਰਡਸ ਜਿਹੜੇ ਇੰਗਲੈਂਡ ਦੇ ਤਣਾੜ ਬੰਦੇ ਆ ਉਹਨਾਂ ਨੂੰ ਵਿਦ ਆਊਟ ਰੈਗਸ ਹਿਊਮਰ ਬਹੁਤ ਉਹਨਾਂ ਦਾ ਮਜ਼ਾਕ ਉਡਾਉਂਦਾ ਪ੍ਰੋਪੋਜ਼ਿੰਗ ਥੈਟ ਆਇਰਿਸ਼ ਇਨਫੈਂਟਸ ਟੂ ਬੀ ਸੋਲਡ ਐਜ਼ ਫੂਡ ਤੇ ਉਹਨਾਂ ਨੂੰ ਮਜ਼ਾਕ ਇਹਨਾਂ ਉਹਨਾਂ ਦਾ ਬਣਾਉਂਦਾ ਕਿ ਤੁਸੀਂ ਜਿਆਦਾ ਜੇ ਤੁਹਾਨੂੰ ਕੋਈ ਉਹ ਹੈ ਨਾ ਹੈਗਾ ਤਾਂ ਜਿਹੜੇ ਆਇਰਲੈਂਡ ਦੇ ਛੋਟੇ ਬੱਚੇ ਇਨਫੈਂਟ ਇੱਕ ਦੋ ਸਾਲ ਦੇ ਬੱਚੇ ਜਿਹੜੇ ਉਹਨਾਂ ਨੂੰ ਬੇਚ ਦਓ ਭੋਜਨ ਹੈ ਨਾ ਭੋਜਨ ਖਾਣ ਲਈ ਮੀਨਸ ਇੱਕ ਉੱਥੇ ਦੇਖੋ ਸਿੰਪਲ ਜੀ ਗੱਲ ਇਹ ਹੈ ਕਿ ਰੌਲਾ ਇਹ ਚੱਲਦਾ ਸੀ ਕਿ ਆਪਾਂ ਕੈਥੋਲੋਸਿਜ਼ਮ ਜਿਹੜੇ ਫਾਲੋਅਰ ਆ ਉਹਨਾਂ ਨੂੰ ਖਤਮ ਕਰਨਾ ਤੇ ਆਇਰਲੈਂਡ ਦੇ ਵਿੱਚ ਕੈਥਲਿਕ ਲੋਕ ਜ਼ਿਆਦਾ ਸੀ ਤੇ ਇਹਨੇ ਬੰਦੇ ਨੇ ਸਵਿਫਟ ਆਇਰਲੈਂਡ ਦਾ ਸੀ ਇਹਨੇ ਓਬਵੀਅਸਲੀ ਇਹਦੇ ਵਿੱਚ ਕਿਹਾ ਬੋਰਡਸ ਪ੍ਰਪੋਜ਼ਲ ਦੇ ਵਿੱਚ ਕਿ ਤੁਸੀਂ ਜੇ ਤੁਹਾਨੂੰ ਇੰਨੀ ਲੱਗਿਆ ਵੀ ਅਸੀਂ ਐਂਗਲਿਕ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਗਿਣਤੀ ਵਧਾਉਣੀ ਹੈ ਕੈਥਲਿਕਸ ਤੁਸੀਂ ਸਾਡੇ ਜਿਹੜੇ ਆਇਰਲੈਂਡ ਦੇ ਕੈਥਲਿਕ ਬੱਚੇ ਨਵਾਂ ਜਨਮ ਲੈਂਦੇ ਆ ਨਾ ਉਹਨਾਂ ਨੂੰ ਸਾਲ ਦੋ-ਦੋ ਸਾਲ ਦੇ ਨੂੰ ਤੁਸੀਂ ਲੈ ਜਾਓ ਚੱਕ ਕੇ ਤੇ ਉਹਨਾਂ ਨੂੰ ਮਤਲਬ ਖਾ ਜਾਓ ਫੂਡ ਦੀ ਤਰ੍ਹਾਂ ਹਨਾ ਮੀਨਸ ਕਿ ਤੁਹਾਡੀ ਇਕਨੋਮੀ ਵੀ ਵੱਧ ਜਾਊਗੀ ਤੁਹਾਨੂੰ ਖਾਣ ਦਾ ਪ੍ਰੋਡਕਟ ਵੀ ਮਿਲ ਜਾਊਗਾ ਤੇ ਜਿਹੜਾ ਤੁਹਾਡਾ ਧਰਮਾਂ ਤੋਂ ਖਤਮ ਕਰਨਾ ਚਾਹੁੰਦੇ ਕੈਥੋਲਿਸਿਜ਼ਮ ਜਾਂ ਕੈਥਲਿਕਸ ਨੂੰ ਉਹ ਵੀ ਖਤਮ ਹੋ ਜਾਊਗਾ ਬਹੁਤ ਵੱਡਾ ਸਟਾਇਰ ਸੀ ਐਟ ਦਾ ਏਜ ਆਫ 1 ਛੋਟੇ ਛੋਟਿਆਂ ਨੂੰ ਹੀ ਹਨਾ when they are plump and healthy to give aresha new source of income and the english a new food product ke ireland nu ek income da sadhan den vaste te england nu ek new food product den vaste to wallster ਏਰ ਇਕਨੋਮੀ ਆਪਣੀ ਇਕਨੋਮੀ ਅਪ ਕਰਨ ਵਾਸਤੇ ਐਲੀਮੀਨੇਟ ਸੋਸ਼ਲ ਪ੍ਰੋਬਲਮ ਤੇ ਇੱਕ ਸਮਾਜਿਕ ਪ੍ਰੋਬਲਮ ਦੂਰ ਕਰਨ ਵਾਸਤੇ ਐਡਾ ਵੱਡਾ ਸਟਾਈਕ ਕੀਤਾ ਉਹਨੇ ਦੋਸਤੋ ਅੱਗੇ ਆਪਾਂ ਦੇਖਦੇ ਆ ਜੀ ਹੀ ਸੇਜ਼ ਹਿਸ ਪ੍ਰੋਪੋਜ਼ਲ ਉਹ ਕਹਿੰਦਾ ਵੀ ਜਿਹੜਾ ਮੇਰਾ ਪ੍ਰੋਪੋਜ਼ਲ ਆ ਜੇ ਉਹ ਮੰਨਿਆ ਜਾਂਦਾ ਐ ਫ ਅਡਾਪਟਡ ਬੁੱਡ ਆਲਸੋ ਰਿਜ਼ਲਟ ਇਨ ਅ ਰਿਡਕਸ਼ਨ ਆਫ ਦਾ ਨੰਬਰ ਆਫ ਕੈਥਲਿਕਸ ਇਨ ਦਾ ਆਇਰਲੈਂਡ ਜਿਹੜੀ ਗੱਲ ਕਰਕੇ ਹਟਿਆ ਆਪਾਂ ਕਿ ਤੁਹਾਡੇ ਇਸ ਪ੍ਰੋਪੋਜ਼ਲ ਮੇਰੇ ਨਾਲ ਆਇਰਲੈਂਡ ਦੇ ਵਿੱਚ ਕੈਥਲਿਕ ਖਤਮ ਹੋ ਜਾਣਗੇ ਸਿੰਸ ਮੋਸਟ ਇਰਿਸ਼ ਇਨਫੈਂਟਸ ਆਲਮੋਸਟ ਆਲ ਆਫ ਹோம் ਵਰ ਬੈਪਟਾਈਜ਼ਡ ਆਇਰਲੈਂਡ ਦੇ ਵਿੱਚ ਜਿਹੜੇ ਤਕਰੀਬਨ ਸਾਰੇ ਕੈਥੋਲਿਕ ਹੀ ਉਹ ਉਹਨਾਂ ਦਾ ਜਿਹੜਾ ਮੁੰਡਨ ਜਦੋਂ ਕਰਦੇ ਸੀ ਜਾਂ ਨਾਮਕਰਨ ਉਹਨੂੰ ਕੈਥੋਲਿਕ ਰੀਤੀ ਰਿਵਾਜਾਂ ਦੇ ਅੰਦਰ ਹੀ ਕਰਦੇ ਸੀ ਬੁੱਡ ਐਂਡ ਅਪ ਇਨ ਸਟਿਊਜ਼ ਐਂਡ ਅਦਰ ਡਿਸ਼ਸ ਇਨਸਟੈਡ ਆਫ ਗਰੋਇੰਗ ਅਪ ਟੂ ਗੋ ਟੂ ਕੈਥੋਲਿਕ ਚਰਚਸ ਸਮਝ ਗਏ ਹੋਗੇ ਆਪਣੇ ਆਪ ਜਿਹੜੀ ਗੱਲ ਪਹਿਲਾਂ ਆਪਾਂ ਡਿਸਕਸ ਕਰਕੇ ਛੱਡਿਆ ਹੀ ਇਸ ਸਟੈਰਾਈਜ਼ਿੰਗ ਦਾ ਪ੍ਰੈਜਡਾਈਸ ਆਫ ਪ੍ਰੋਟੈਸਟੈਂਟਸ ਟੁਵਾਰਡਸ ਕੈਥੋਲਿਕਸ ਤੇ ਜਿਹੜੇ ਐਰੋਗੈਂਟ ਉਹਨਾਂ ਦਾ ਬਿਹੇਵੀਅਰ ਸੀ ਪ੍ਰੋਟੈਸਟੈਂਟਸ ਦਾ ਹਨਾ ਕੈਥੋਲਿਕਸ ਦੇ ਬਾਰੇ ਉਹਦੇ ਬਾਰੇ ਚਰਚ ਦ ਡੋਮੀਨੈਂਟ ਫਿਗਰ ਆਫ ਸਪੀਚ ਆ ਕੁਐਸਚਨ ਆਇਆ ਹੋਇਆ ਜੀ ਪੇਪਰ 'ਚ ਕਿ ਆ ਮੋਡਸਟ ਪ੍ਰਪੋਜ਼ਲ ਦੀ ਡੋਮੀਨੈਂਟ ਫਿਗਰ ਆਫ ਸਪੀਚ ਕਿਹੜੀ ਹੈਗੀ ਆ ਤਾਂ ਇਹ ਹੈਗੇ ਜੀ ਧਿਆਨ ਨਾਲ ਦੇਖੋ ਵਰਬਲ ਆਇਰਨੀ ਪੇਪਰ 'ਚ ਸਿੱਧਾ ਲਿਖ ਦੇਣਾ ਜਿਹੜਾ ਨਾ ਕਿ ਇੱਕ ਡੋਮੀਨੈਂਟ ਜਿਹੜੀ ਹੈਗੀ ਫਿਗਰ ਆਫ ਸਪੀਚ ਕਿਹੜੀ ਆ ਦਾ ਮੋਡਸਟ ਪ੍ਰਪੋਜ਼ਲ ਦੈਟ ਇਜ਼ ਵਰਬਲ ਆਇਰਨੀ ਸੋ ਅੱਜ ਦਾ ਲੈਕਚਰ ਇੱਥੇ ਕਰਦੋਂ ਹੁੰਦਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਜੀ ਬੜੀ ਜਲਦੀ ਉਮੀਦ ਕਰਦੇ ਆ ਕਿ ਤੁਸੀਂ ਬਹੁਤ ਤਰੀਕੇ ਨਾਲ ਇਹਨੂੰ ਸੁਣ ਰਹੇ ਹੋਵੋਗੇ ਤੇ ਮੈਂ ਇਹ ਵੀ ਨਾਲ ਦੀ ਨਾਲ ਇੱਕ ਰਿਕੁਐਸਟ ਕਰਦਾ ਕਿ ਚੈਨਲ ਨੂੰ ਲੈਕਚਰਸ ਨੂੰ ਵੱਧ ਤੋਂ ਵੱਧ ਸੁਣੋ ਧਿਆਨ ਨਾਲ ਨੋਟਸ ਬਣਾਓ ਸ਼ਾਰਟ ਕਰ ਲਓ ਇਹਨੂੰ ਕਿਉਂਕਿ ਥੋੜਾ ਜਿਹਾ ਲੈਂਦੀ ਜ਼ਰੂਰ ਹੁੰਦੇ ਆ ਲੈਕਚਰ ਤੇ ਜੇ ਆਪਾਂ ਲੈਂਦੀ ਨਹੀਂ ਕਰਦੇ ਆਪਾਂ 15 20 ਵੀ ਮਿੰਟ ਦੇ ਕਰਦੇ ਆ ਤਾਂ ਤੁਹਾਨੂੰ ਸਮਝ ਨਹੀਂ ਆਏਗੀ ਹਨਾ ਤਾਂ ਮੈਂ ਚਾਹੁੰਨਾ ਕਿ ਮਾਸਟਰ ਕੈਡਰ ਦਾ ਜੇ ਲੈਕਚਰ ਕੈਡਰ ਦਾ ਇੰਗਲਿਸ਼ ਦਾ ਆਪਾਂ ਪੂਰਾ ਸਿਲੇਬਸ ਕਵਰ ਕਰੀਏ ਇੱਕ ਬਹੁਤ ਵਧੀਆ ਤਰੀਕੇ ਨਾਲ ਕਰੀਏ ਤੇ ਇਸੇ ਨੌਲੇਜ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਪੜੋ ਨੋਟਸ ਬਣਾਓ ਤੇ ਅੱਗੇ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਨੈਕਸਟ ਲੈਕਚਰ ਤੱਕ ਲਈ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ ਫਿਰ ਮਿਲਦੇ ਹਾਂ ਥੈਂਕ ਯੂ ਵੈਰੀ ਮੱਚ ਟੇਕ ਕੇਅਰ ਆਲ ਆਫ ਯੂ